ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਐਪੀਸੋਡ ਵਿੱਚ ਨਿੱਘਾ ਸਵਾਗਤ ਹੈ। ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਅੱਜ ਦਾ ਪ੍ਰੋਗਰਾਮ ਇੱਕ ਬਹੁਤ ਹੀ ਮਹੱਤਵਪੂਰਨ ਮਸਲੇ ਦੇ ਉੱਤੇ, ਜਿਹੜਾ ਸਬਜੈਕਟ ਪੂਰੀ ਕੌਮ ਨੂੰ ਸੰਬੰਧਿਤ ਹੈ, ਜਿਹੜਾ ਨਾ ਕੇਵਲ ਪੰਜਾਬ, ਨਾ ਕੇਵਲ ਹਿੰਦੁਸਤਾਨ, ਬਲਕਿ ਜਿੱਥੇ ਜਿੱਥੇ ਵੀ ਸਿੱਖ ਵੱਸਦਾ ਹੈ ਉਸ ਦੇ ਲਈ ਇਸ ਤੋਂ ਜਾਣੂ ਹੋਣਾ ਜ਼ਰੂਰੀ ਹੈ। ਦਰਅਸਲ ਜੋ ਪਿਛਲਾ ਇਤਿਹਾਸ ਹੁੰਦਾ ਹੈ, ਜੋ ਪਿਛਲੀ ਘਟਨਾਵਾਂ ਹੁੰਦੀਆਂ ਹਨ, ਜੇ ਉਸ ਦੇ ਉੱਤੇ ਪਕੜ ਨਾ ਰੱਖੀ ਜਾਏ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਕੋਈ ਉਸ ਤੋਂ ਸੇਧ ਨਹੀਂ ਲੈ ਸਕਦੇ। ਇਸੇ ਕਰਕੇ ਕਿਹਾ ਜਾਂਦਾ ਹੈ, ਹਿਸਟਰੀ ਰਿਪੀਟਸ ਐਂਡ ਹਿਸਟੋਰੀਅਨਸ ਰਿਪੀਟ ਦੈਮਸੈਲਵ। ਜੋ ਪਿੱਛੇ ਵਾਪਰਦਾ ਹੈ, ਜੇਕਰ ਉਸਦਾ ਨਿਰੀਖਣ ਔਰ ਵਿਸ਼ਲੇਸ਼ਣ ਨਾ ਕੀਤਾ ਜਾਏ ਤਾਂ ਅਸੀਂ ਕੋਈ ਸਬਕ ਨਹੀਂ ਸਿੱਖ ਸਕਦੇ। ਪਰ ਜਾਪਦਾ ਹੈ, ਇਤਿਹਾਸ ਨੇ ਸਾਨੂੰ ਇਹ ਦੱਸਿਆ ਹੈ ਕਿ ਇਤਿਹਾਸ ਤੋਂ ਅਸੀਂ ਕੋਈ ਸਬਕ ਨਹੀਂ ਸਿੱਖਦੇ। ਜਿਹੜੇ ਮਤੇ, ਜਿਹੜੇ ਗੁਰਮਤੇ, ਜਿਹੜੀਆਂ ਮੰਗਾਂ, ਜਿਹੜੇ ਦਸਤਾਵੇਜ਼, ਜਿਹੜੇ ਡਾਕੂਮੈਂਟ ਜੈਕਾਰਿਆਂ ਦੀ ਗੂੰਜ ਵਿੱਚ ਔਰ ਬੜੇ ਵੱਡੇ ਵੱਡੇ ਸਮਾਗਮ ਕਰਕੇ ਕੌਮੀ ਲੀਡਰਾਂ ਵੱਲੋਂ, ਕੌਮੀ ਆਗੂਆਂ ਵੱਲੋਂ ਬੜੇ ਬੜੇ ਨਾਅਰੇ ਦੇ ਕੇ ਜਿਹੜੇ ਪਾਸ ਕਰਾਏ ਜਾਂਦੇ ਹਨ, ਦੋਨੋਂ ਹੱਥ ਖੜੇ ਕਰਾ ਕੇ, ਦੋਨੋਂ ਬਾਹਾਂ ਚੁਕਵਾ ਕੇ ਜਿਹੜੇ ਮਤੇ ਪਾਸ ਕਰਾਏ ਜਾਂਦੇ ਹਨ, ਉਹਨਾਂ ਨੂੰ ਛਾਪਿਆ ਵੀ ਜਾਂਦਾ, ਵੰਡਿਆ ਵੀ ਜਾਂਦਾ, ਪਰ ਫਿਰ ਕੋਸ਼ਿਸ਼ ਹੁੰਦੀ ਹੈ ਕਿ ਉਸਨੂੰ ਭੁਲਾ ਦਿੱਤਾ ਜਾਏ। ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਗੱਲ ਕਰਾਂਗੇ ਆਲ ਇੰਡੀਆ ਗੁਰਦੁਆਰਾ ਐਕਟ ਦੀ, ਜਿਹੜੀ ਗੱਲ ਹੁਣ ਕੋਈ ਸ਼ੁਰੂ ਨਹੀਂ ਹੋਈ, ਇਹ ਕੋਈ ਹੁਣ ਦਾ ਮਸਲਾ ਨਹੀਂ ਹੈ, ਬਲਕਿ ਜਦੋਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦੀ ਗੱਲ ਤੁਰੀ ਸੀ, ਉਸ ਵੇਲੇ ਹੀ ਇਹ ਗੱਲ ਤੁਰ ਪਈ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ। ਉਸ ਵੇਲੇ ਦੇ ਗਵਰਨਰ ਸਰ ਮੈਲਕਮ ਹੈਲੀ, ਜਿਹੜੇ ਪੰਜਾਬ ਦੇ ਗਵਰਨਰ ਸਨ, ਉਹਨਾਂ ਨੇ ਵੀ ਇਸ਼ਾਰਾ ਦਿੱਤਾ ਸੀ ਕਿ ਇਹ ਗੁਰਦੁਆਰਾ ਐਕਟ ਬਣਨਾ ਚਾਹੀਦਾ ਹੈ। ਦਰਅਸਲ ਇਸ ਐਕਟ ਦਾ ਮਕਸਦ ਕੀ ਸੀ, ਇਸ ਦਾ ਵਿਸ਼ਾ ਕੀ ਸੀ, ਇਸ ਦਾ ਦਾਇਰਾ ਖੇਤਰ ਕੀ ਸੀ, ਔਰ ਇਸ ਦੇ ਨਾਲ ਕੀ ਵਾਪਰਿਆ। ਪਰ ਇਤਿਹਾਸਕ ਤੌਰ ਦੇ ਉੱਤੇ ਇੱਕ ਐਸਾ ਦਸਤਾਵੇਜ਼ ਹੈ, ਇੱਕ ਐਸਾ ਮਸਲਾ ਹੈ ਜਿਹੜਾ ਘੱਟੋ ਘੱਟ ਸਾਡੇ ਕੌਮੀ ਆਗੂਆਂ ਨੂੰ ਤਾਂ ਉਸ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ, ਕਿਉਂਕਿ ਇਸ ਦੇ ਆਲੇ ਦੁਆਲੇ ਹੀ ਉਹਨਾਂ ਨੇ ਸਾਰੇ ਪ੍ਰੋਗਰਾਮ ਦਿੱਤੇ ਹਨ। ਪਰ ਇਹ ਕਹਿਣ ਵਿੱਚ ਕੋਈ ਅਤਕਥਨੀ ਨਹੀਂ, ਇਹ ਕਹਿਣ ਵਿੱਚ ਗੁਰੇਜ਼ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਵੀ ਇਸ ਐਕਟ ਨੂੰ ਹੱਥ ਵਿੱਚ ਲਿਆ ਗਿਆ, ਜਦੋਂ ਵੀ ਇਸ ਮਸਲੇ ਨੂੰ ਹੱਥ ਵਿੱਚ ਲਿਆ ਗਿਆ, ਇਸ ਨੂੰ ਪਹਿਲੇ ਤੋਂ ਜ਼ਿਆਦਾ ਗੁੰਝਲਦਾਰ ਬਣਾ ਦਿੱਤਾ ਗਿਆ। ਜਦੋਂ ਲੋੜ ਪਈ ਇਸ ਨੂੰ ਕੋਲਡ ਸਟੋਰੇਜ ਵਿੱਚ ਪਾ ਦਿੱਤਾ ਗਿਆ, ਜਦੋਂ ਲੋੜ ਪਈ ਆਪਣੇ ਹਿੱਤਾਂ ਦੀ ਪੂਰਤੀ ਲਈ ਇਸ ਨੂੰ ਫਿਰ ਬਾਹਰ ਕੱਢ ਲਿਆ ਗਿਆ। ਸਰਕਾਰ ਵੱਲੋਂ ਵੀ ਕਈ ਕਮੇਟੀਆਂ ਬਣਾਈਆਂ ਗਈਆਂ, ਕਮੇਟੀਆਂ ਦਰ ਕਮੇਟੀਆਂ ਦਰ ਕਮੇਟੀਆਂ ਬਣਦੀਆਂ ਗਈਆਂ, ਪਰ ਨਤੀਜਾ ਹਰ ਦਸਤਾਵੇਜ਼, ਹਰ ਐਕਟ ਦੇ ਖਰੜੇ ਦੇ ਬਾਅਦ ਉਸ ਮਸਲੇ ਨੂੰ ਹੋਰ ਕੰਪਲੀਕੇਟ ਕਰ ਦਿੱਤਾ ਗਿਆ। ਕਾਰਨ ਬੜਾ ਸਪਸ਼ਟ ਸੀ ਔਰ ਉਸ ਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਦਰਅਸਲ ਸਰਕਾਰ
ਔਰ ਜਿਹੜੀ ਪੰਥਕ ਧਿਰ ਸੀ ਜਾਂ ਜਿਹੜੀਆਂ ਪੰਥਕ ਪਾਰਟੀਆਂ ਆਪਣੇ ਆਪ ਨੂੰ ਅਖਵਾਉਂਦੀਆਂ ਸੀ, ਦੋ ਕਿਸਮ ਦੇ ਧਿਰ ਹਨ ਜਿਹੜੀਆਂ ਤੇ ਇੱਕ ਤਾਂ ਕਹਿੰਦੀਆਂ ਸਨ ਰਾਜਨੀਤਿਕ ਪਾਰਟੀਆਂ, ਜਿਹਨਾਂ ਵਿੱਚ ਸਾਰੀਆਂ ਦੀਆਂ ਸਾਰੀਆਂ ਗੈਰ ਅਕਾਲੀ ਪਾਰਟੀਆਂ ਕਹਿ ਲਿਆ ਜਾਏ, ਜਿਹਨਾਂ ਵਿੱਚ ਭਾਰਤੀ ਜਨਤਾ ਪਾਰਟੀ, ਕਾਂਗਰਸ ਜਾਂ ਹੋਰ ਵੀ ਜਿੰਨੇ ਕਮਿਊਨਿਸਟ ਹਨ, ਉਹਨਾਂ ਦਾ ਇਹ ਕਹਿਣਾ ਸੀ ਕਿ ਧਰਮ ਔਰ ਰਾਜਨੀਤੀ ਵੱਖ ਹੋਣੀ ਚਾਹੀਦੀ ਹੈ। ਦੂਸਰੇ ਪਾਸੇ ਜਿਹੜੀਆਂ ਆਪਣੇ ਆਪ ਨੂੰ ਪੰਥਕ ਪਾਰਟੀਆਂ ਅਖਵਾਉਂਦੀਆਂ ਸਨ, ਉਹਨਾਂ ਦਾ ਕਹਿਣਾ ਸੀ ਧਰਮ ਅਤੇ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ। ਪਰ ਜਿਹੜੇ ਧਰਮ ਔਰ ਰਾਜਨੀਤੀ ਨੂੰ ਵੱਖ ਕਰਨ ਦੀ ਗੱਲ ਕਰਦੇ ਸਨ, ਉਹ ਧਰਮ ਦੇ ਉੱਤੇ ਰਾਜਨੀਤਿਕਾਂ ਦਾ ਗਲਬਾ ਚਾਹੁੰਦੇ ਸਨ, ਬਿਲਕੁਲ ਐਨ ਇਸੇ ਤਰ੍ਹਾਂ ਜਿਹੜੇ ਇੱਕ ਕਰਦੇ ਸਨ। ਨਿਸ਼ਾਨਾ ਦੋਨਾਂ ਦਾ ਇੱਕੋ ਸੀ ਕਿ ਧਰਮ ਨੂੰ ਥੱਲੇ ਰੱਖ ਕੇ ਜਾਂ ਧਰਮ ਨੂੰ ਲਾਂਭੇ ਰੱਖ ਕੇ ਕੇਵਲ ਇੱਕ ਰਾਜਨੀਤਿਕ ਤੌਰ ਦੇ ਉੱਤੇ ਉਹਨਾਂ ਅਦਾਰਿਆਂ ਨੂੰ ਇਸਤੇਮਾਲ ਕੀਤਾ ਜਾਏ। ਜ਼ਰੂਰੀ ਹੈ ਜੇਕਰ ਆਮ ਸੰਗਤ, ਜੇਕਰ ਆਮ ਲੋਕ, ਪਹਿਲਾਂ ਤਾਂ ਕਿਹਾ ਜਾਂਦਾ ਸੀ ਯਥਾ ਰਾਜਾ ਤਥਾ ਪਰਜਾ, ਪਰ ਹੁਣ ਤਾਂ ਜਾਪਦਾ ਹੈ ਯਥਾ ਪਰਜਾ ਤਥਾ ਰਾਜਾ ਵਾਲੀ ਹਾਲਤ ਹੋ ਗਈ ਹੈ। ਮਸਲੇ, ਝਗੜੇ, ਵਿਵਾਦ ਔਰ ਕਈ ਕਿਸਮ ਦੀਆਂ ਗੱਲਾਂ ਗੁਰੂ ਸਾਹਿਬ ਵੇਲੇ ਵੀ ਹੁੰਦੀਆਂ ਸਨ। ਗੁਰੂ ਨਾਨਕ ਸਾਹਿਬ ਵੇਲੇ ਵੀ ਵਿਵਾਦ ਹੋਇਆ, ਗੁਰਤਾ ਗੱਦੀ 'ਤੇ ਵਿਵਾਦ ਹੋਇਆ, ਗੁਰ ਅੰਗਦ ਦੇਵ ਜੀ ਵੇਲੇ ਹੋਇਆ, ਗੁਰ ਅਮਰਦਾਸ ਜੀ ਵੇਲੇ ਹੋਇਆ, ਗੁਰੂ ਰਾਮਦਾਸ ਜੀ ਵੇਲੇ ਹੋਇਆ। ਕੋਈ ਐਸਾ ਗੁਰੂ ਕਾਲ ਦਾ ਸਮਾਂ ਨਹੀਂ ਹੈ ਜਦੋਂ ਵਿਵਾਦ ਨਾ ਹੋਏ ਹੋਣ। ਪਰ ਇੱਕ ਗੱਲ ਹੈ ਕਿ ਆਮ ਸੰਗਤ ਇਤਨੀ ਚੇਤਨ ਹੁੰਦੀ ਸੀ, ਉਸ ਦੇ ਵਿੱਚ ਇਤਨੀ ਚੇਤਨਾ ਹੁੰਦੀ ਸੀ ਕਿ ਉਹ ਆਪਣਾ ਫਰਜ਼ ਪਛਾਣਦੀ ਸੀ, ਕੌਣ ਸਹੀ ਹੈ ਔਰ ਕੌਣ ਗਲਤ ਹੈ ਉਸਦਾ ਨਿਰਣਾ ਕਰਦੀ ਸੀ। ਪਰ ਇਹ ਕਹਿਣ ਵਿੱਚ ਅਤਕਥਨੀ ਨਹੀਂ, ਅੱਜ ਆਮ ਜਨਤਾ, ਆਮ ਸਿੱਖ ਉਹ ਕਹਿ ਰਿਹਾ ਹੈ ਮੇਰੀ ਨੀਂਦ ਖਰਾਬ ਨਾ ਕਰੋ, ਇਹ ਉਹ ਜਾਣਨ ਜਿਹਨਾਂ ਦਾ ਕੰਮ ਹੈ। ਸੋ ਫਿਰ ਹਾਲਤ ਇਹੀ ਹੋਏਗੀ, ਜਦੋਂ ਆਪਣੇ ਫਰਜ਼ ਤੋਂ ਕੁਤਾਹੀ ਹੋ ਜਾਏਗੀ ਤਾਂ ਫਿਰ ਉਹਨਾਂ ਨੂੰ ਖੁੱਲ੍ਹ ਮਿਲ ਜਾਏਗੀ ਔਰ ਉਹ ਜੋ ਮਰਜ਼ੀ ਕਰੀ ਜਾਣ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਤਸਵੀਰ ਨਹੀਂ ਵਿਖਾ ਰਹੇ, ਪਰ ਕੇਵਲ ਆਪ ਜੀ ਨਾਲ ਇਸ ਗੰਭੀਰ ਮਸਲੇ ਦੇ ਉੱਤੇ ਵਿਚਾਰ ਰੱਖ ਕੇ ਔਰ ਆਪ ਦਾ ਪੈਗਾਮ, ਆਪ ਦਾ ਸੰਦੇਸ਼, ਆਪ ਦਾ ਸੁਨੇਹਾ ਆਪਣੇ ਆਗੂਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ। ਇਸ ਨੂੰ ਸਹੀ ਮਾਇਨੇ ਦੇ ਵਿੱਚ ਜਨਤਾ ਦੀ ਆਵਾਜ਼ ਜਾਂ ਸੰਗਤ ਦੀ ਆਵਾਜ਼ ਦੇ ਰੂਪ ਵਿੱਚ ਅਸੀਂ ਚਾਹਾਂਗੇ ਕਿ ਇਹ ਆਪ ਦੀ ਆਵਾਜ਼ ਉੱਥੇ ਤੱਕ ਪਹੁੰਚੇ। ਔਰ ਇਸ ਦੇ ਵਿੱਚ ਇੱਕ ਚੰਗੀ ਗੱਲ ਇਹ ਹੋਈ ਹੈ, ਇਸ ਦੀ ਲੋੜ ਤਾਂ ਪਈ ਹੈ ਕਿ ਪਿਛਲੇ ਬੁੱਧਵਾਰ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ, ਪੰਜ ਸਿੰਘ ਸਾਹਿਬਾਨ ਨੇ ਇਹ ਕਿਹਾ ਹੈ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਨਾ ਚਾਹੀਦਾ ਹੈ। ਮੁਬਾਰਕ ਹੈ ਇਹ ਬਿਆਨ, ਪਰ ਕੇਵਲ ਇਹ ਬਿਆਨ ਮਾਤਰ ਨਾ ਰਹਿ ਜਾਏ, ਇਸ ਨੂੰ ਅੱਗੇ ਤੋਰਨ ਦੀ ਗੱਲ ਵੀ ਜੇ ਨਾ ਕੀਤੀ ਜਾਏ ਤਾਂ ਫਿਰ ਉਹ ਸਾਰੀ ਗੱਲ ਆਪਣਾ ਤੱਤ ਸਾਰ ਖੋ ਬੈਂਦੀ ਹੈ। ਉਹ ਸਾਰਾ ਮਸਲਾ ਫਿਰ ਉਸੇ ਤਰੀਕੇ ਨਾਲ ਗਵਾਚ ਜਾਂਦਾ ਹੈ ਜਿਹਦੇ ਵਿੱਚ ਇਸ ਦਾ ਲਾਭ ਕੇਵਲ ਰਾਜਨੀਤਿਕ ਵਿਅਕਤੀਆਂ ਨੂੰ ਹੁੰਦਾ ਹੈ ਅਤੇ ਆਮ ਜਨਤਾ ਉਹ ਪੰਬਲ ਪੂਸੇ ਵਿੱਚ ਪੈ ਜਾਂਦੀ ਹੈ। ਸਿੱਖ ਗੁਰਦੁਆਰਾ ਐਕਟ, ਆਲ ਇੰਡੀਆ ਗੁਰਦੁਆਰਾ ਐਕਟ ਦੇ ਇਤਿਹਾਸ ਬਾਰੇ ਜੇ ਜਾਣਨਾ ਹੋਏ ਤਾਂ ਆਪ ਜੀ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਸ ਐਕਟ ਦੀ ਆੜ ਦੇ ਵਿੱਚ ਕਿਸ ਤਰ੍ਹਾਂ ਦੀਆਂ ਰਾਜਨੀਤਿਕ ਚਾਲਾਂ ਚੱਲੀਆਂ ਗਈਆਂ, ਕਿਸ ਤਰੀਕੇ ਦੇ ਨਾਲ ਰਾਜਨੀਤਿਕ ਹੇਰਾਫੇਰੀਆਂ ਕਰਕੇ
ਕੌਮ ਨੂੰ ਪੰਬਲ ਪੂਸੇ ਪਾ ਕੇ ਗੁਰਦੁਆਰਿਆਂ ਦੇ ਉੱਤੇ ਸਰਕਾਰੀ ਕਬਜ਼ਾ ਕਰਨ ਲਈ ਉਸ ਚਾਲ ਨੂੰ ਅੱਗੇ ਤੋਰਿਆ ਗਿਆ। ਜੇਕਰ ਘੱਟੋ ਘੱਟ ਪਹਿਲੇ ਇੱਕ ਕਦਮ ਦੇ ਤੌਰ ਦੇ ਉੱਤੇ ਜੇਕਰ ਆਮ ਸਿੱਖ ਨੂੰ, ਜੇਕਰ ਆਮ ਆਵਾਮ ਨੂੰ ਜੇਕਰ ਉਸ ਚਾਲ ਦਾ ਪਤਾ ਲੱਗ ਜਾਏ ਤਾਂ ਇਹ ਬਹੁਤ ਵੱਡੀ ਗੱਲ ਹੋਏਗੀ। ਸਿਰਫ ਉਹ ਕੁਛ ਨੁਕਤੇ ਜਿਹੜੇ ਮੌਜੂਦ ਤਾਂ ਹਨ ਪਰ ਅਸੀਂ ਕਦੀ ਧਿਆਨ ਨਹੀਂ ਦਿੱਤਾ। ਅੱਜ ਇਸ ਗੰਭੀਰ ਪ੍ਰੋਗਰਾਮ ਦੇ ਵਿੱਚ ਜਿਹੜਾ ਸਾਡੇ ਆਉਣ ਵਾਲੇ ਭਵਿੱਖ ਨੂੰ ਨਿਸ਼ਚਿਤ ਕਰੇਗਾ ਉਸ ਦੇ ਬਾਰੇ ਆਪ ਨਾਲ ਵਿਚਾਰ ਸਾਂਝੇ ਕਰਾਂਗੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਆਲ ਇੰਡੀਆ ਗੁਰਦੁਆਰਾ ਐਕਟ ਦੀ ਗੱਲ ਕੇਵਲ ਪੰਜਾਬ ਦੇ ਸਿੱਖਾਂ ਦੀ ਜਾਂ ਅਕਾਲੀ ਦਲ ਦੀ ਨਹੀਂ ਹੈ, ਇਹ ਪੂਰੇ ਸਾਰੇ ਸਿੱਖ ਜਗਤ ਦਾ ਮਸਲਾ ਹੈ। ਇਸ ਐਕਟ ਦਾ ਮਤਲਬ, ਇਸ ਐਕਟ ਦਾ ਮਨਸ਼ਾ ਕਦਾਚਿਤ ਵੀ ਕਿਸੇ ਦੂਜੇ ਸੂਬੇ ਦੇ, ਕਿਸੇ ਦੂਸਰੇ ਗੁਰਦੁਆਰੇ ਦੇ ਜਾਂ ਕਿਸੇ ਹੋਰ ਗੁਰਦੁਆਰਾ ਸਾਹਿਬਾਨ ਦੇ ਉੱਤੇ ਕੋਈ ਕਬਜ਼ੇ ਦਾ ਜਾਂ ਹੋਰ ਕਿਸੇ ਕਿਸਮ ਦੇ ਪ੍ਰਬੰਧਕੀ ਢਾਂਚੇ ਦੀ ਕੋਈ ਗੱਲ ਨਹੀਂ ਸੀ, ਬਲਕਿ ਇਸ ਦੀ ਮਨਸ਼ਾ ਉਸ ਐਕਟ ਦੇ ਪ੍ਰੀਐਂਬਲ ਵਿੱਚ ਵੀ ਲਿਖੀ ਗਈ ਸੀ ਕਿ ਜਿੱਥੇ ਜਿੱਥੇ ਵੀ ਖਾਲਸਾ ਜੀ ਹੈ, ਬਲਕਿ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਤਾਂ ਇਹ ਕਿਹਾ ਗਿਆ ਸੀ ਕਿ ਸਾਰੇ ਦੇ ਸਾਰੇ ਸੰਸਾਰ ਦੇ ਗੁਰਦੁਆਰਿਆਂ ਸਾਹਿਬ ਨੂੰ ਇੱਕ ਸੂਤਰ ਵਿੱਚ ਪਰੋਣਾ, ਇਹ ਅਗਲਾ ਨਿਸ਼ਾਨਾ ਸੀ। ਉਸ ਦਾ ਮਕਸਦ ਇਹ ਸੀ ਕਿ ਜਿਸ ਤਰੀਕੇ ਦੇ ਨਾਲ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੀ ਗੱਲ ਹੈ, ਸੋ ਜਿੱਥੇ ਜਿੱਥੇ ਵੀ ਕੋਈ ਗੁਰਦੁਆਰਾ ਹੈ, ਜਿੱਥੇ ਜਿੱਥੇ ਵੀ ਕੋਈ ਗੁਰਦੁਆਰਾ ਸਾਹਿਬਾਨ ਹਨ, ਉਹਨਾਂ ਸਾਰਿਆਂ ਦੀ ਮਰਿਆਦਾ ਇੱਕ ਹੋ ਸਕੇ, ਸਾਰੇ ਇੱਕ ਛਤਰ ਰਾਜ ਹੋਏ, ਜੋ ਗੁਰਦੁਆਰਾ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਵਾਹਿਦ ਚਵਰ ਛਤਰ ਦੇ ਮਾਲਕ ਹਨ, ਉਹਨਾਂ ਦੀ ਅਗਵਾਈ ਹੋਏ, ਉਸ ਦੇ ਵਿੱਚ ਕੇਵਲ ਉਹ ਹੋਣ ਔਰ ਉਹ ਗੁਰਦੁਆਰਾ ਸਾਹਿਬਾਨ ਸਿੱਖ ਰਹਿਤ ਮਰਿਆਦਾ ਜਾਂ ਇੱਕ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਮੁਤਾਬਕ ਉਹ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚੱਲੇ। ਬਾਕੀ ਜੋ ਉਹਨਾਂ ਦਾ ਫਾਈਨੈਂਸ਼ੀਅਲ ਜਾਂ ਹੋਰ ਆਸਪੈਕਟ ਹਨ, ਉਹ ਸਾਰੇ ਉਹਨਾਂ ਦੇ ਉੱਥੋਂ ਦੇ ਸਥਾਨਿਕ ਤਰੀਕੇ ਦੇ ਨਾਲ ਚਲਾਏ ਜਾਣ, ਇਸ ਐਕਟ ਦੀ ਮਨਸ਼ਾ ਸੀ। 1930 ਦੇ ਵਿੱਚ ਸਰ ਮੈਲਕਮ ਹੈਲੀ ਨੇ ਜਦੋਂ ਇਹ ਪ੍ਰੋਗਰਾਮ ਦਿੱਤਾ, ਉਹਨਾਂ ਨੇ ਇਸ ਗੱਲ ਦਾ ਇਸ਼ਾਰਾ ਦਿੱਤਾ। ਗੁਰਦੁਆਰਾ ਸੁਧਾਰ ਲਹਿਰ ਨੂੰ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਔਰ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਕੋਈ ਫਰਕ ਨਹੀਂ ਸੀ, ਇਸ ਨੂੰ ਸਿੱਖਾਂ ਨੇ ਇੱਕ ਆਪਣਾ ਧਾਰਮਿਕ ਫਰਜ਼ ਸਮਝ ਕੇ ਪੂਰਾ ਕੀਤਾ। ਜੇ ਦੇਸ਼ ਦੀ ਆਜ਼ਾਦੀ ਲੜੀ, ਜੇ ਉਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕੀਤੀ ਤਾਂ ਇਹ ਸਾਰੇ ਦਾ ਸਾਰਾ ਇੱਕ ਧਾਰਮਿਕ ਕਾਰਜ ਸਮਝ ਕੇ ਧਰਮ ਯੁੱਧ ਦੇ ਰੂਪ ਵਿੱਚ ਕੀਤਾ। ਸਿੱਖ ਆਪਣੀ ਜ਼ਿੰਦਗੀ ਨੂੰ ਕਦੇ ਵੀ ਕੰਪਾਰਟਮੈਂਟਲਾਈਜ਼ ਨਹੀਂ ਕਰ ਸਕਦਾ, ਉਹ ਕਦੀ ਨਹੀਂ ਕਹਿ ਸਕਦਾ ਇਹ ਮੇਰਾ ਨਿੱਜੀ ਜੀਵਨ ਹੈ, ਇਹ ਮੇਰਾ ਸਮਾਜਿਕ ਜੀਵਨ ਹੈ, ਇਹ ਮੇਰਾ ਪੰਥਕ ਜੀਵਨ ਹੈ, ਇਹ ਮੇਰਾ ਰਾਜਨੀਤਿਕ ਜੀਵਨ ਹੈ। ਉਹ ਹਰ ਪੱਖ ਤੋਂ ਉਸਦੇ ਵਿੱਚ ਇਕਸਾਰਤਾ ਚਾਹੀਦੀ ਹੈ। ਸੋ ਜਦੋਂ ਗੁਰਦੁਆਰਾ ਸੁਧਾਰ ਲਹਿਰ ਨੂੰ ਜਿਸ ਸ਼ਿੱਦਤ, ਜਿਸ ਤੇਜ਼ੀ ਔਰ ਜਿਸ ਧਾਰਮਿਕ ਅਕੀਦੇ ਦੇ ਨਾਲ ਲੜਿਆ ਗਿਆ ਤਾਂ ਉਸ ਵੇਲੇ ਸਾਰੀਆਂ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਅਕਾਲੀ ਦਲ ਦੀ ਹਮਾਇਤ ਕੀਤੀ ਔਰ ਆਸ਼ਾਸ਼ ਕਰ ਉੱਠੇ। ਕਾਂਗਰਸ ਕੀ ਕਾਂਗਰਸ ਅਤੇ ਕੀ ਮੁਸਲਿਮ ਲੀਗ, ਇਹਨਾਂ ਦੋਨਾਂ ਨੇ ਵੀ ਇਸ ਧਰਮ ਯੁੱਧ ਮੋਰਚੇ ਦੀ, ਇਸ ਗੁਰਦੁਆਰਾ ਸੁਧਾਰ ਲਹਿਰ ਦੀ, ਜਿਹੜਾ ਸਹੀ ਮਾਇਨੇ ਦੇ ਵਿੱਚ ਇੱਕ ਧਰਮ ਯੁੱਧ ਮੋਰਚਾ ਸੀ ਜਿਸ ਦੇ ਵਿੱਚ ਆਮ ਸਿੱਖ ਉਸ ਮੋਰਚੇ ਵਿੱਚ ਸ਼ਹਾਦਤਾਂ ਦੇਣ ਲੱਗਿਆਂ ਪੜ੍ਹਦੇ ਸੀ, ਸੁਣੋ ਖਾਲਸਾ ਜੀ ਸਾਡੇ ਕੂਚ ਡੇਰੇ ਅਸੀਂ ਆਖਰੀ ਫਤਿਹ ਗਜਾ ਚੱਲੇ, ਅੰਗ ਸਾਖ ਕਬੀਲੜਾ ਬਾਲ ਬੱਚਾ ਅਸੀਂ ਆਪ ਦੇ ਬਾਂਹ ਫੜਾ ਚੱਲੇ, ਇੱਕ
ਅਕੀਦਾ ਸੀ, ਇਹ ਵਿਸ਼ਵਾਸ ਸੀ ਕਿ ਅਸੀਂ ਧਰਮ ਦੀ ਗੱਲ ਕਰ ਰਹੇ ਹਾਂ। ਔਰ ਜਦੋਂ ਇਹ ਮੋਰਚਾ ਕਾਮਯਾਬ ਹੋਇਆ, ਹਾਲਾਂ ਉਸ ਵੇਲੇ ਮਹਾਤਮਾ ਗਾਂਧੀ ਨੇ ਰਾਏ ਵੀ ਦਿੱਤੀ ਸੀ ਕਿ ਤੁਸੀਂ ਇਸ ਮੋਰਚੇ ਨੂੰ ਤਰਕ ਕਰ ਦਿਓ, ਇਸ ਨੂੰ ਅਸੀਂ ਬਾਅਦ ਵਿੱਚ ਦੇਖਾਂਗੇ ਜਦੋਂ ਦੇਸ਼ ਆਜ਼ਾਦ ਹੋ ਜਾਏਗਾ। ਪਰ ਖੁਸ਼ਕਿਸਮਤੀ ਨਾਲ ਸਿੱਖ ਲੀਡਰਸ਼ਿਪ ਨੇ ਉਸ ਵੇਲੇ ਇਹ ਗੱਲ ਨਾ ਮੰਨੀ। ਮਹਾਤਮਾ ਗਾਂਧੀ ਨੇ ਇਸ ਮੋਰਚੇ ਦੀ ਫਤਿਹਯਾਬੀ ਦੇ ਉੱਤੇ, ਇਸ ਮੋਰਚੇ ਦੀ ਜਿੱਤ ਦੇ ਉੱਤੇ ਇਹ ਕਿਹਾ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਵੱਡੀ ਜੰਗ ਜਿੱਤੀ ਗਈ। ਇਹ ਇੱਕ ਨਿਸ਼ਾਨਾ ਸੀ, ਪਰ ਗੁਰਦੁਆਰੇ ਆਜ਼ਾਦ ਹੋ ਗਏ। ਪਰ ਉਸ ਦੇ ਇੱਕਦਮ ਬਾਅਦ ਉਹਨਾਂ ਗੁਰਦੁਆਰਿਆਂ ਦੇ ਉੱਤੋਂ ਪੰਥ ਦਾ ਕਬਜ਼ਾ ਜਾਂ ਅਕਾਲੀ ਦਲ ਦਾ, ਜਿਹੜੇ ਇੱਕ ਦੂਜੇ ਦੇ ਪਰਿਆਇਵਾਚੀ ਸਨ, ਜਿਹੜੇ ਸਿਨੋਨਿਮਸ ਸਨ, ਉਸ ਕਬਜ਼ੇ ਨੂੰ ਦੂਰ ਕਰਨ ਦੇ ਲਈ ਕਈ ਕੁਚਾਲਾਂ ਆਰੰਭੀਆਂ ਗਈਆਂ। 1959 ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਐਕਟ ਦੇ ਵਿੱਚ, ਸਿੱਖ ਗੁਰਦੁਆਰਾ ਐਕਟ ਵਿੱਚ ਤਰਮੀਮ ਕਰਕੇ ਸਹਿਜਧਾਰੀ ਵਿੱਚ ਵਾੜੇ ਗਏ। ਉਸ ਦੇ ਇਲਾਵਾ ਕਦੀ ਸਾਧ ਸੰਗਤ ਬੋਰਡ ਬਣਾਇਆ ਗਿਆ, ਹੋਰ ਕਈ ਗੱਲਾਂ ਕੀਤੀਆਂ ਗਈਆਂ। ਇਸ ਸਾਰੇ ਨੂੰ ਦੂਰ ਕਰਨ ਲਈ, ਸਾਰੇ ਸੰਸਾਰ ਦੇ ਤਾਂ ਦੂਰ ਦੀ ਗੱਲ ਸੀ, ਪਰ ਪਹਿਲਾਂ ਸਾਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਨੂੰ ਇੱਕ ਛੱਤ, ਇੱਕ ਐਕਟ ਦੇ ਥੱਲੇ ਲਿਆਉਣ ਦੀ ਮੰਗ ਸਭ ਤੋਂ ਪਹਿਲਾਂ ਜੋ ਕੀਤੀ ਗਈ, ਸਰਦਾਰ ਅਮਰ ਸਿੰਘ ਸਹਿਗਲ ਮੱਧਿਆ ਪ੍ਰਦੇਸ਼ ਦੇ ਮੈਂਬਰ ਪਾਰਲੀਮੈਂਟ ਸਨ, ਜਿਨ੍ਹਾਂ ਨੇ ਇੱਕ ਪ੍ਰਾਈਵੇਟ ਨਿੱਜੀ ਬਿੱਲ ਪਾਰਲੀਮੈਂਟ 'ਚ ਪੇਸ਼ ਕੀਤਾ, ਪਰ ਉਹ ਬਿੱਲ ਪਾਸ ਨਾ ਹੋ ਸਕਿਆ। ਉਸ ਦੇ ਬਾਅਦ ਇਹ ਮੰਗ ਤੁਰਦੀ ਰਹੀ। ਪਹਿਲੀ ਵਾਰ ਇਸ ਨੂੰ ਗੰਭੀਰਤਾ ਨਾਲ ਲਿਆ ਗਿਆ ਜਦੋਂ ਜਨਤਾ ਸਰਕਾਰ ਬਣੀ। ਜਨਤਾ ਸਰਕਾਰ ਦੇ ਬਣਦਿਆਂ ਹੀ ਉਸ ਵੇਲੇ ਦੀ ਜਨਤਾ ਸਰਕਾਰ ਨੇ ਚੀਫ ਜਸਟਿਸ ਰਿਟਾਇਰਡ ਜਸਟਿਸ ਹਰਬੰਸ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਉਹਨਾਂ ਨੇ ਕਮਿਸ਼ਨ ਬਣਾਇਆ ਜਿਹੜਾ ਕਿ ਆਲ ਇੰਡੀਆ ਗੁਰਦੁਆਰਾ ਐਕਟ ਦਾ ਖਰੜਾ ਤਿਆਰ ਕਰੇਗਾ। ਇੱਥੋਂ ਦਾਸਤਾਨ ਸ਼ੁਰੂ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਇੱਕ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਫਿਰ ਉਸਨੂੰ ਮੈਕੇਵਿਲੀਅਨ ਹੇਰਾਫੇਰੀਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਸਨੂੰ ਨਿਰਸਤ ਕੀਤਾ ਜਾਂਦਾ ਹੈ, ਉਸਨੂੰ ਇਨਫਰੈਕਚੁਅਸ ਕਰ ਦਿੱਤਾ ਜਾਂਦਾ ਹੈ ਕਿ ਕੌਮ ਨੂੰ ਉਹ ਚੀਜ਼ ਦੇ ਕੇ ਵੀ ਨਾ ਦਿੱਤੀ ਜਾਏ। ਇਸ ਮੰਗ ਨੂੰ ਪੂਰਾ ਕਰਨ ਲਈ ਜਨਤਾ ਸਰਕਾਰ ਨੇ ਪਹਿਲੀ ਵਾਰੀ ਜਸਟਿਸ ਹਰਬੰਸ ਸਿੰਘ ਦੀ ਅਗਵਾਈ ਹੇਠ ਉਹਨਾਂ ਨੇ ਇੱਕ ਕਮਿਸ਼ਨ ਬਣਾਇਆ। ਜਸਟਿਸ ਹਰਬੰਸ ਸਿੰਘ ਜੀ ਨੇ ਸਾਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਦਾ ਦੌਰਾ ਕਰਕੇ, ਸਾਰੇ ਹਿੰਦੁਸਤਾਨ ਦੇ ਵੱਖ ਵੱਖ ਗੁਰਦੁਆਰਿਆਂ ਦੇ ਵਿੱਚੋਂ ਗਏ, ਤਖ਼ਤ ਸਾਹਿਬਾਨ ਦੇ ਉੱਤੇ ਗਏ, ਜਿਹਦੇ 'ਚੋਂ ਦਿੱਲੀ, ਪਟਨਾ ਸਾਹਿਬ, ਹਜ਼ੂਰ ਸਾਹਿਬ, ਬੰਗਾਲ, ਮਹਾਰਾਸ਼ਟਰਾ, ਹਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਜਾ ਕੇ, ਔਰ 2 ਸਾਲ ਦੇ ਬਾਅਦ 2 ਸਾਲ ਦੀ ਕਰੜੀ ਮਿਹਨਤ ਦੇ ਨਾਲ, ਸਾਰੇ ਪੰਥ ਦੀ ਰਜ਼ਾਮੰਦੀ ਦੇ ਨਾਲ ਇੱਕ ਉਹਨਾਂ ਨੇ ਜਿਹੜਾ ਖਰੜਾ ਤਿਆਰ ਕੀਤਾ ਉਹ ਸਰਕਾਰ ਨੂੰ ਉਹਨਾਂ ਨੇ ਪੇਸ਼ ਕਰ ਦਿੱਤਾ। ਇਸ ਖਰੜੇ ਨੂੰ ਜਿਹੜਾ ਜਸਟਿਸ ਹਰਬੰਸ ਸਿੰਘ ਦਾ ਤਿਆਰ ਕੀਤਾ ਹੋਇਆ ਸੀ, ਜਿਹੜਾ 1977 ਤੋਂ ਲੈ ਕੇ 1979 ਦੀ 2 ਸਾਲ ਦੀ ਮਿਹਨਤ ਦੇ ਨਾਲ ਜਿਹੜਾ ਉਹਨਾਂ ਨੇ ਤਿਆਰ ਕੀਤਾ, ਇਸ ਨੂੰ ਅਗਰ ਇਹ ਕਹਿ ਲਿਆ ਜਾਏ ਤਾਂ ਇਸ ਦੇ ਉੱਤੇ ਕੌਮ ਦੀ ਸਰਬਸੰਮਤੀ ਸੀ। ਕਿਸੇ ਨੂੰ ਇਸ ਦੇ ਉੱਤੇ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਉਸ ਤੋਂ ਪਹਿਲੇ ਉਹਨਾਂ ਨੇ ਇੱਕ ਕੁਐਸਚਨਰ, ਇੱਕ ਲੰਬੀ ਸਵਾਲ ਜਵਾਬ ਦਾ ਇੱਕ ਸੂਚੀ ਪੱਤਰ ਪਹਿਲਾਂ ਸਾਰੇ ਗੁਰਦੁਆਰਾ ਸਾਹਿਬਾਨ ਨੂੰ ਭੇਜਿਆ, ਉਹਦੇ ਬਾਅਦ ਉੱਥੇ ਖੁਦ ਜਾਂਦੇ ਰਹੇ ਔਰ ਜਾ ਕੇ ਸਾਰੀ ਇਕੱਤਰਤਾਵਾਂ ਕਰਕੇ, ਮੀਟਿੰਗਸ ਕਰਕੇ ਉਹ ਸਾਰਿਆਂ ਦੇ ਜਵਾਬ ਲੈ ਕੇ ਇੱਕ ਸਾਂਝੇ ਤੌਰ ਦੇ ਉੱਤੇ ਉਹਨਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਦਾ ਇੱਕ ਖਰੜਾ ਤਿਆਰ ਕੀਤਾ, ਜਿਹੜਾ ਬਹੁਤ ਅਹਿਮ ਦਸਤਾਵੇਜ਼ ਸੀ।
ਸਰਕਾਰ ਨੂੰ ਉਹ ਦਸਤਾਵੇਜ਼ 1979 ਵਿੱਚ ਮਿਲ ਗਿਆ। 1979 ਵਿੱਚ ਉਹ ਸਰਕਾਰ ਨੂੰ ਪੇਸ਼ ਕਰ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਪ੍ਰਵਾਨਗੀ ਦੇ ਦਿੱਤੀ। ਹੁਣ ਕਿਸ ਚੀਜ਼ ਦੀ ਲੋੜ ਸੀ? ਪਰ ਨਹੀਂ, ਇੱਕ ਕਾਗਜ਼ੀ ਕਾਰਵਾਈ ਹੋਈ ਔਰ ਉਸ ਨੂੰ ਕੋਲਡ ਸਟੋਰੇਜ ਵਿੱਚ ਸੁੱਟ ਦਿੱਤਾ ਗਿਆ। ਇਸ ਦੇ ਬਾਅਦ ਧਰਮਯੁੱਧ ਮੋਰਚਾ ਲੱਗਾ, ਬਹੁਤ ਕੁਝ ਹੋਇਆ। ਆਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇੱਕ ਮੰਗ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਪਾਸ ਕੀਤਾ ਜਾਏ। ਰਸਮੀ ਤੌਰ ਦੇ ਉੱਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇਜਲਾਸ ਵਿੱਚ, ਆਪਣੇ ਸਾਲਾਨਾ ਇਜਲਾਸ ਵਿੱਚ ਇੱਕ ਰਸਮ ਪੂਰੀ ਕਰਦੀ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਪੂਰੀ ਕੀਤੀ ਜਾਏ। ਇੱਕ ਰਸਮ ਹਰ ਸਾਲ ਪੂਰੀ ਕੀਤੀ ਜਾਂਦੀ ਸੀ। ਪਰ 1984 ਆਪਰੇਸ਼ਨ ਬਲੂ ਸਟਾਰ, ਸਾਕਾ ਨੀਲਾ ਤਾਰਾ ਦੇ ਬਾਅਦ ਜਦੋਂ ਕੌਮ ਨੂੰ ਪੂਰੀ ਸਾਹ ਸਤਹੀਣ ਕਰ ਦਿੱਤਾ ਗਿਆ, ਸਾਰੀ ਦੀ ਸਾਰੀ ਸਿੱਖ ਲੀਡਰਸ਼ਿਪ ਜਦੋਂ ਨਿੰਮੋ ਚੂਣੀ ਹੋਈ ਪਈ ਸੀ, ਜਿਸ ਵੇਲੇ ਹੋਰ ਕਿਸੇ ਮੰਗ ਦੇ ਉੱਤੇ, ਇਹਨਾਂ ਦੀ ਕਿਸੇ ਗੱਲ ਦੇ ਉੱਤੇ ਸਾਰੀਆਂ ਛੋਟੀਆਂ ਛੋਟੀਆਂ ਮੰਗਾਂ ਵੀ ਜਦੋਂ ਰਿਜੈਕਟ ਹੋ ਚੁੱਕੀਆਂ ਸਨ, ਤਾਂ ਉਸ ਵੇਲੇ ਵੀ ਸਰਕਾਰ ਵੱਲੋਂ ਕੇਵਲ ਇੱਕ ਮੰਗ ਪੂਰੀ ਕਰਨ ਦਾ ਐਲਾਨ ਕੀਤਾ ਗਿਆ। ਹੋਰ ਕਿਸੇ ਵੱਲ ਧਿਆਨ ਨਹੀਂ ਦਿੱਤਾ ਗਿਆ। ਕਿਹਾ, ਆਓ ਤੁਹਾਡੀ ਆਲ ਇੰਡੀਆ ਗੁਰਦੁਆਰਾ ਐਕਟ ਦੀ ਮੰਗ ਪੂਰੀ ਕਰ ਦਿੱਤੀ ਜਾਂਦੀ ਹੈ। ਜਦ ਐਕਟ ਮੌਜੂਦ ਸੀ, ਜਦੋਂ ਖਰੜਾ ਮੌਜੂਦ ਸੀ, ਜਿਸ ਦੇ ਉੱਤੇ ਪੂਰੀ ਕੌਮ ਦੀ ਰਜ਼ਾਮੰਦੀ ਸੀ, ਜਿਹਦੇ ਉੱਤੇ ਜਸਟਿਸ ਹਰਬੰਸ ਸਿੰਘ ਦਾ ਬਣਾਇਆ ਖਰੜਾ, ਜਿਹਦੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੋਹਰ ਸੀ, ਜਿਸ ਨੂੰ ਦਿੱਲੀ ਗੁਰਦੁਆਰਾ ਕਮੇਟੀ ਔਰ ਨਾਲ ਹੀ ਹਜ਼ੂਰ ਸਾਹਿਬ, ਪਟਨਾ ਸਾਹਿਬ, ਮਹਾਰਾਸ਼ਟਰ, ਬੰਗਾਲ, ਯੂਪੀ, ਬਿਹਾਰ ਸਿੱਖ ਪ੍ਰਤੀਨਿਧੀ ਬੋਰਡ, ਇਹ ਸਾਰੀਆਂ ਸੰਗਤਾਂ ਦੀ ਮਨਜ਼ੂਰੀ ਸੀ। ਪਰ ਹੈਰਾਨੀ ਹੈ, ਉਸ ਵੇਲੇ ਸਰਕਾਰ ਨੇ ਇੱਕ ਰਿਵਿਊ ਕਮੇਟੀ ਬਣਾ ਦਿੱਤੀ। ਜਦੋਂ ਜਸਟਿਸ ਹਰਬੰਸ ਸਿੰਘ ਦਾ ਬਣਾਇਆ ਖਰੜਾ, ਪੰਥ ਵੱਲੋਂ ਪ੍ਰਵਾਨ ਕੀਤਾ ਖਰੜਾ ਹੈ, ਫਿਰ ਉਸਦੇ ਰਿਵਿਊ ਦੀ ਕੀ ਲੋੜ ਹੈ? ਪਰ ਨਹੀਂ, ਸਰਦਾਰ ਨੱਥਾ ਸਿੰਘ ਦਾਲਮ, ਜਿਹੜੇ ਬਰਨਾਲਾ ਸਰਕਾਰ ਵਿੱਚ ਉਸ ਵੇਲੇ ਮੰਤਰੀ ਸਨ, ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਰਿਵਿਊ ਕਮੇਟੀ ਬਣਾਈ ਗਈ। ਇਸ ਤੋਂ ਹੀ ਮਨਸ਼ਾ ਸਾਫ਼ ਜ਼ਾਹਿਰ ਹੋ ਜਾਂਦੀ ਸੀ ਕਿ ਹੁਣ ਇਸ ਨੂੰ ਇਸ ਦੀ ਮਨਸ਼ਾ ਇਹ ਹੈ ਕਿ ਇਸ ਖਰੜੇ ਨੂੰ ਕਿੱਦਾਂ ਲਾਗੂ ਨਾ ਕੀਤਾ ਜਾਏ, ਹਾਓ ਨਾਟ ਟੂ ਇੰਪਲੀਮੈਂਟ ਦੀ ਡਰਾਫਟ। ਔਰ ਉਸ ਵੇਲੇ ਰਿਵਿਊ ਕਮੇਟੀ, ਨੱਥਾ ਸਿੰਘ ਦਾਲਮ ਨੇ ਅਖਬਾਰ ਵਿੱਚ ਬਿਆਨ ਦਿੱਤਾ ਔਰ ਉਹਨਾਂ ਨੇ ਉਸ ਦੇ ਵਿੱਚ ਲਿਖਿਆ, ਜਿਸ ਤੋਂ ਇਸ ਰਿਵਿਊ ਕਮੇਟੀ ਦੀ ਔਰ ਸਰਕਾਰ ਦੀ ਮਨਸ਼ਾ ਸਾਫ਼ ਜ਼ਾਹਿਰ ਹੁੰਦੀ ਹੈ। ਉਹਨਾਂ ਨੇ ਲਿਖਿਆ ਕਿ ਪਿਛਲੇ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਗੁਰਦੁਆਰਿਆਂ ਦਾ ਜਿਸ ਤਰੀਕੇ ਦੇ ਨਾਲ ਰਾਜਨੀਤੀਕਰਨ ਹੋਇਆ ਹੈ, ਹੁਣ ਗੁਰਦੁਆਰਿਆਂ ਨੂੰ ਸੈਕੂਲਰਾਈਜ਼ ਕਰਨ ਦੀ ਲੋੜ ਹੈ। ਕਿਤਨੀ ਹੈਰਾਨੀ ਹੈ ਕਿ ਕੀ ਕਦੀ ਗੁਰਦੁਆਰਾ ਵੀ ਸੈਕੂਲਰਾਈਜ਼ ਹੋ ਸਕਦਾ ਹੈ? ਗੁਰਦੁਆਰਾ ਤਾਂ ਇੱਕ ਧਾਰਮਿਕ ਅਦਾਰਾ ਹੈ, ਉਸਨੂੰ ਧਰਮ ਵਿਹੀਣ ਕਿੱਦਾਂ ਕੀਤਾ ਜਾ ਸਕਦਾ ਹੈ? ਗੁਰਦੁਆਰਾ ਤਾਂ ਕਿਸੇ ਖਾਸ ਧਰਮ ਦਾ, ਕਿਸੇ ਧਾਰਮਿਕ ਅਕੀਦੇ ਦਾ, ਕਿਸੇ ਧਰਮ ਦੇ ਵਿਸ਼ਵਾਸ ਦਾ ਗੜ ਹੈ, ਕੇਂਦਰ ਹੈ, ਉਸਨੂੰ ਸੈਕੂਲਰਾਈਜ਼ ਕਿੱਦਾਂ ਕੀਤਾ ਜਾ ਸਕਦਾ ਹੈ? ਪਰ ਇੱਥੇ ਹੀ ਦਾਲਮ ਕਮੇਟੀ ਨਹੀਂ ਰੁਕੀ। ਉਹਨਾਂ ਨੇ ਇੱਕ ਸਟੈਪ ਹੋਰ ਅੱਗੇ ਜਾ ਕੇ ਕਿਹਾ ਕਿ ਐਸੀ ਲੋੜ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਕਾਨੂੰਨ ਦੇ ਔਰ ਐਕਟ ਦੇ ਦਾਇਰੇ ਦੇ ਅਧੀਨ ਲਿਆਉਣਾ ਹੈ,
ਇਸ ਲਈ ਇਹ ਜੋ ਹੈ ਇਹ ਰਿਵਿਊ ਕਮੇਟੀ ਬਣਾਈ ਗਈ। ਇਸ ਦੇ ਉੱਤੇ ਉਸ ਵੇਲੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵੱਖਰੀ ਕਮੇਟੀ ਬਣਾਈ ਜਿਹਦੇ ਵਿੱਚ ਡਾਕਟਰ ਬੀਬੀ ਰਜਿੰਦਰ ਕੌਰ, ਸਰਦਾਰ ਮੇਵਾ ਸਿੰਘ ਗਿੱਲ, ਭਾਈ ਅਸ਼ੋਕ ਸਿੰਘ ਬਾਗੜੀਆਂ ਇਹ ਆਦਿ ਉਸਦੇ ਮੈਂਬਰ ਬਣਾਏ ਗਏ ਔਰ ਇਹਨਾਂ ਨੇ ਬਹੁਤ ਵਾਵਰੋਲਾ ਪਾਇਆ ਕਿ ਇਹ ਸਾਰਾ ਕੌਮ ਨਾਲ ਧੋਖਾ ਕੀਤਾ ਜਾ ਰਿਹਾ ਹੈ ਇਹ ਜਿਹੜੀ ਰਿਵਿਊ ਕਮੇਟੀ ਬਣਾ ਕੇ। ਪਰ ਇਸ ਤੋਂ ਵੀ ਅਗਲੀ ਸਟੈਪ ਹੋਰ ਹੈਰਾਨੀ ਹੋਈ ਜਿਹੜੀ ਦੁਨੀਆ ਵਿੱਚ ਕਿਧਰੇ ਨਹੀਂ ਸੁਣੀ ਗਈ ਕਿ ਐਕਟ ਦਾ ਖਰੜਾ ਮੌਜੂਦ ਹੈ, ਰਿਵਿਊ ਕਮੇਟੀ ਬਣ ਜਾਂਦੀ ਹੈ ਔਰ ਰਿਵਿਊ ਕਮੇਟੀ ਨੇ ਇੱਕ ਦੁਬਾਰਾ ਰੀਡਰਾਫਟਿੰਗ ਕਮੇਟੀ ਬਣਾ ਦਿੱਤੀ ਔਰ ਉਸਦੇ ਰੀਡਰਾਫਟਿੰਗ ਕਮੇਟੀ ਦੇ ਕਨਵੀਨਰ ਕਮ ਸੈਕਟਰੀ ਸਨ ਡਾਕਟਰ ਜਸਬੀਰ ਸਿੰਘ ਆਹਲੂਵਾਲੀਆ। ਕਦੀ ਇਹ ਨਹੀਂ ਸੁਣਿਆ ਕਿ ਕਿਸੇ ਐਕਟ ਨੂੰ, ਕਿਸੇ ਦਸਤਾਵੇਜ਼ ਨੂੰ ਕੋਈ ਰਿਵਿਊ ਕਰ ਰਿਹਾ ਹੋਏ ਤਾਂ ਉਹ ਉਸਦੇ ਬਾਅਦ ਉਹ ਰੀਡਰਾਫਟਿੰਗ ਕਮੇਟੀ ਬਣਾ ਦੇਵੇ। ਪਰ ਇੱਥੇ ਤਾਂ ਸਭ ਅਣਹੋਣੀ ਗੱਲ ਹੁੰਦੀ ਹੈ ਕਿਉਂਕਿ ਨਿਸ਼ਾਨਾ ਦਾਲਮ ਕਮੇਟੀ ਨੇ ਖੁਦ ਸਪਸ਼ਟ ਕਰ ਦਿੱਤਾ ਸੀ ਕਿ ਗੁਰਦੁਆਰਿਆਂ ਨੂੰ ਸੈਕੂਲਰਾਈਜ਼ ਕਿੱਦਾਂ ਕਰਨਾ ਹੈ ਔਰ ਇਸ ਦੇ ਉੱਤੋਂ ਸਿੱਖਾਂ ਦਾ ਗਲਬਾ ਕਿੱਦਾਂ ਦੂਰ ਕਰਨਾ। ਪਰ ਉਸ ਵੇਲੇ ਅਦ੍ਰਿਸ਼ ਕਲਾ ਵਰਤੀ, ਸਰਦਾਰ ਆਤਮਾ ਸਿੰਘ ਨੇ ਇੱਕ ਲੰਬਾ ਲੇਖ ਉਸ ਵੇਲੇ ਅਜੀਤ ਵਿੱਚ ਛਾਪਿਆ। ਪਰ ਇਹ ਜਿਹੜੀ ਰਿਵਿਊ ਕਮੇਟੀ ਦੇ ਬਾਅਦ ਰੀਡਰਾਫਟਿੰਗ ਕਮੇਟੀ ਸੀ ਇਹ ਇਤਨੀ ਕਾਹਲ ਵਿੱਚ ਸੀ, ਇਤਨੀ ਤੇਜ਼ੀ ਵਿੱਚ ਸੀ ਕਿ ਇਹਨਾਂ ਨੇ ਇੱਕ ਖਰੜਾ ਤਿਆਰ ਕਰ ਦਿੱਤਾ, ਰੀਡਰਾਫਟ ਕਰ ਦਿੱਤਾ, ਪਰ ਨਾ ਤਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਦਿਖਾਇਆ, ਨਾ ਸਿੰਘ ਸਾਹਿਬਾਨ ਨੂੰ ਦਿਖਾਇਆ, ਨਾ ਚੀਫ ਖਾਲਸਾ ਦੀਵਾਨ ਨੂੰ ਦਿਖਾਇਆ, ਨਾ ਹੀ ਕਿਸੇ ਹੋਰ ਨੂੰ ਦਿਖਾਇਆ। ਮੰਗਣ ਦੇ ਬਾਵਜੂਦ ਇਸ ਕਮੇਟੀ ਨੇ, ਆਹਲੂਵਾਲੀਆ ਕਮੇਟੀ ਨੇ ਕਿਸੇ ਨੂੰ ਉਹ ਖਰੜਾ ਨਹੀਂ ਵਿਖਾਇਆ ਔਰ ਬਲਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੱਕ ਸੈਮੀਨਾਰ ਕਰਕੇ ਇਸ ਦੀ ਪ੍ਰਵਾਨਗੀ ਲੈ ਕੇ ਇਹਨਾਂ ਨੇ ਸਰਕਾਰ ਨੂੰ ਭੇਜ ਦਿੱਤਾ। ਪਰ ਹੈਰਾਨੀ ਹੈ ਔਰ ਕੁਦਰਤ ਦੀ ਅਦ੍ਰਿਸ਼ ਕਲਾ ਉਸ ਵੇਲੇ ਬਰਨਾਲਾ ਸਰਕਾਰ ਦੇ ਗਿਰ ਜਾਣ ਦੇ ਨਾਲ ਉਹ ਰੀਡਰਾਫਟਿੰਗ ਔਰ ਰਿਵਿਊ ਕਮੇਟੀ ਉਹ ਸਾਰੀਆਂ ਦੀਆਂ ਸਾਰੀਆਂ ਉੱਥੇ ਰਹਿ ਗਈਆਂ। ਇਹ ਇਸ ਪੁਰਾਣੇ ਖਰੜੇ ਦਾ ਇਹ ਹਸ਼ਰ ਹੋਇਆ। ਪਰ ਉਸ ਤੋਂ ਬਾਅਦ ਤਾਂ ਫਿਰ ਹੋਰ ਵੀ ਹੈਰਾਨੀ ਭਰੀ ਦਾਸਤਾਨ ਹੈ ਕਿ ਸਰਕਾਰ ਨੇ ਦੁਬਾਰਾ ਜਸਟਿਸ ਹਰਬੰਸ ਸਿੰਘ ਨੂੰ ਖਰੜਾ ਬਣਾਉਣ ਲਈ ਕਿਹਾ। ਜਸਟਿਸ ਹਰਬੰਸ ਸਿੰਘ ਜਿਨ੍ਹਾਂ ਨੇ ਪਹਿਲੇ ਖਰੜਾ ਤਿਆਰ ਕੀਤਾ ਹੋਇਆ ਸੀ, ਉਹਨਾਂ ਦਾ ਖਰੜਾ ਮੌਜੂਦ ਸੀ, ਪਰ ਉਹਨਾਂ ਨੇ ਫਿਰ ਦੁਬਾਰਾ ਇੱਕ ਹੋਰ ਖਰੜਾ ਬਣਾਇਆ ਔਰ 25 ਅਗਸਤ 1999 ਨੂੰ ਇਹ ਦਾਸਤਾਨ ਗੁਰਦੁਆਰਾ ਐਕਟ ਦੀ ਹੈ। ਆਉਣ ਵਾਲਾ ਇਤਿਹਾਸ ਕਦੀ ਲਿਖੇਗਾ, ਪਰ ਇਹ ਪ੍ਰੋਗਰਾਮ ਦੇ ਵਿੱਚ ਇਹਨਾਂ ਦਸਤਾਵੇਜ਼ੀ ਪ੍ਰੋਗਰਾਮ ਹੈ ਤਾਂ ਕਿ ਇਸ ਨੂੰ ਅਸੀਂ ਦੱਸ ਸਕੀਏ ਕਿ ਸਾਡੇ ਨਾਲ ਕੀ ਹੋਇਆ ਔਰ ਸਾਡੀ ਲੀਡਰਸ਼ਿਪ ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰ ਸਕੀਏ ਕਿ ਇਤਿਹਾਸ ਇਹਨਾਂ ਘਟਨਾਵਾਂ ਨੂੰ ਪੂਰਾ ਅੰਕਿਤ ਕਰਦਾ ਹੈ। ਭਾਵੇਂ ਇਹ ਸੋਚਦੇ ਹੋਣ ਕਿ ਆਮ ਲੋਕਾਂ ਨੂੰ, ਆਮ ਜਨਤਾ ਨੂੰ ਕੀ ਪਤਾ ਹੈ, ਪਰ ਕਈ ਵਾਰ ਇਹੋ ਜਿਹੀਆਂ ਕੀਤੀਆਂ ਹੋਈਆਂ ਚਾਲਾਂ ਇਹ ਜਨਤਾ ਦੀ ਆਵਾਜ਼ ਬਣ ਕੇ ਬਹੁਤ ਦੂਰ ਤੱਕ ਜਾਂਦੀ ਹੈ। ਜਸਟਿਸ ਹਰਬੰਸ ਸਿੰਘ ਜਿਹਨਾਂ ਦਾ ਪਹਿਲਾ ਖਰੜਾ ਮੌਜੂਦ ਸੀ, ਜਿਹੜਾ ਪੰਥ ਨੇ ਪ੍ਰਵਾਨ ਕੀਤਾ ਹੋਇਆ ਸੀ, ਉਹਨਾਂ ਨੇ ਉਸ ਖਰੜੇ ਨੂੰ ਵੀ ਦਰਕਿਨਾਰ ਕਰਕੇ ਇੱਕ ਨਵਾਂ ਖਰੜਾ 25 ਅਗਸਤ 1999 ਨੂੰ ਭੇਜ ਦਿੱਤਾ। ਉਸ ਤੋਂ ਪਹਿਲੇ ਭੇਜ ਦਿੱਤਾ ਸਰਕਾਰ ਨੂੰ, ਭਾਰਤ ਸਰਕਾਰ ਨੇ 25 ਅਗਸਤ 1999 ਨੂੰ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ। ਹੁਣ ਤੁਸੀਂ ਤਰੀਕਾਂ ਵੇਖੋ ਕਿਤਨੀ ਕਾਹਲ ਹੈ
ਕਿਤਨੀ ਕਮਾਲ ਦੀ ਕਾਹਲ ਕੀਤੀ ਜਾ ਰਹੀ ਹੈ। ਜਿਹੜੀ ਜਿਹੜੀ ਰਿਵਿਊ ਕਮੇਟੀ ਸੀ, ਜਿਹੜੀ ਰੀਡਰਾਫਟਿੰਗ ਕਮੇਟੀ ਸੀ, ਉਸਨੇ ਵੀ ਇਤਨੀ ਕਾਹਲ ਕੀਤੀ ਸੀ ਕਿ ਇੱਕ ਮਹੀਨੇ ਦੇ ਵਿੱਚ 8 ਮੀਟਿੰਗਾਂ ਕੀਤੀਆਂ। ਜਿਸ ਤਰ੍ਹਾਂ ਇਹ ਚੀਜ਼ ਤਾਂ ਸਿੱਖਾਂ ਨੂੰ ਦੇਣੀ ਹੀ ਦੇਣੀ ਹੈ, ਇਹਦੇ ਬਿਨਾਂ ਸਿੱਖਾਂ ਦਾ ਕੰਮ ਨਹੀਂ ਸਰ ਰਿਹਾ। ਇਹ ਇਹਨਾਂ ਦੀ ਮੰਗ ਤਾਂ ਹੁਣ ਪੂਰੀ ਕਰਕੇ ਛੱਡਣੀ ਹੈ। ਔਰ ਭਾਰਤ ਸਰਕਾਰ ਨੇ ਜਸਟਿਸ ਹਰਬੰਸ ਸਿੰਘ ਦਾ ਉਹ ਨਵਾਂ ਖਰੜਾ, ਜਿਹੜਾ ਕਿ ਪੂਰੇ ਦਾ ਪੂਰਾ ਹੀ ਕੌਮ ਦੇ ਹਿੱਤ ਦੇ ਖਿਲਾਫ ਸੀ, ਪੂਰੇ ਕੌਮ ਦੇ ਵਿਰੁੱਧ ਸੀ, ਪੂਰੀਆਂ ਕੌਮ ਦੀਆਂ ਸਾਰੀਆਂ ਭਾਵਨਾਵਾਂ ਦੇ ਵਿਪਰੀਤ ਸੀ, ਔਰ ਜਿਹੜਾ ਇੱਕ ਪੰਥ ਵਿਰੋਧੀ ਦਸਤਾਵੇਜ਼ ਸੀ, 25 ਅਗਸਤ 1999 ਨੂੰ ਉਹ ਖਰੜਾ ਜਸਟਿਸ ਹਰਬੰਸ ਸਿੰਘ ਦਾ ਬਣਾਇਆ, ਭਾਰਤ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਔਰ ਉਸ ਦੇ ਉੱਤੇ ਲਿਖਿਆ ਕਿ ਜੇ ਤੁਸੀਂ ਕੋਈ ਆਪਣੇ ਵਿਚਾਰ ਦੇਣੇ ਹਨ ਤਾਂ 1 ਹਫ਼ਤੇ ਦੇ ਅੰਦਰ ਦੇ ਦਿਓ, ਯਾਨੀ ਕਿ 31 ਅਗਸਤ ਤੱਕ ਤੁਸੀਂ ਆਪਣੇ ਵਿਚਾਰ ਦੇ ਦਿਓ। ਕਮਾਲ ਹੈ, 1 ਹਫ਼ਤੇ ਦਾ ਟਾਈਮ ਦਿੱਤਾ ਜਾ ਰਿਹਾ ਹੈ, ਔਰ ਉਸ ਵੇਲੇ ਇਲੈਕਸ਼ਨਾਂ ਸਨ ਔਰ ਪੰਜਾਬ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਵਰਕਰ, ਅਹੁਦੇਦਾਰ ਜਾਂ ਆਗੂ ਨਹੀਂ ਸਨ। ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਵੇਲੇ ਉਹ ਖਰੜਾ ਜਿਹੜਾ ਆਇਆ ਸੀ ਉਹ ਪ੍ਰੈਸ ਦੀ ਨਜ਼ਰ ਵਿੱਚ ਆ ਗਿਆ, ਉਹ ਰਿਲੀਜ਼ ਹੋ ਗਿਆ। ਔਰ ਜਿਹੜੀਆਂ ਉਸ ਦੇ ਵਿੱਚ ਜੱਜ ਸਾਹਿਬ ਨੇ ਜਾਂ ਕੌਮ ਨੇ ਜਿਹੜਾ ਪਾਸ ਕੀਤਾ ਸੀ ਕਿ 1971 ਦੇ ਵਿੱਚ ਜਿਹੜੀ ਪਰਿਭਾਸ਼ਾ ਦਿੱਤੀ ਗਈ ਹੈ, ਸਿੱਖ ਦੀ ਜਿਹੜੀ ਪਰਿਭਾਸ਼ਾ ਦਿੱਤੀ ਗਈ ਹੈ ਔਰ ਹੋਰ ਜਿਹੜੀਆਂ ਮੱਦਾਂ ਹਨ ਉਹੀ ਰੱਖੀਆਂ ਜਾਣਗੀਆਂ, ਪਰ ਇਸ ਦੇ ਵਿੱਚ ਸਾਰਾ ਕੁਝ ਚੇਂਜ ਕਰਕੇ ਤਬਦੀਲ ਕਰ ਦਿੱਤਾ ਗਿਆ। ਔਰ ਤਬਦੀਲ ਵੀ ਐਸਾ ਕੀਤਾ ਕਿ ਜੇਕਰ ਕਿਧਰੇ ਉਹ ਪਾਸ ਹੋ ਜਾਂਦਾ, ਜੇਕਰ ਕਿਧਰੇ ਉਹ ਮਨਜ਼ੂਰ ਹੋ ਜਾਂਦਾ ਤਾਂ ਕੌਮ ਦਾ ਉਹ ਹਸ਼ਰ ਹੋਣਾ ਸੀ ਜਿਹੜਾ ਕਿ ਰਿਵਿਊ ਕਮੇਟੀ ਜਾਂ ਰੀਡਰਾਫਟਿੰਗ ਕਮੇਟੀ ਦੇ ਬਾਅਦ ਵੀ ਉਹ ਕੌਮ ਦਾ ਨੁਕਸਾਨ ਨਹੀਂ ਸੀ ਹੋਣਾ। ਜਿਹੜਾ ਨੁਕਸਾਨ ਬਲਿਊ ਸਟਾਰ ਦੇ ਨਾਲ ਜੋ ਕੌਮ ਦਾ ਹੋਇਆ, ਉਸ ਨੂੰ ਸਿਧਾਂਤਕ ਤੌਰ ਦੇ ਉੱਤੇ ਜਸਟਿਸ ਹਰਬੰਸ ਸਿੰਘ ਦੇ ਉਸ ਖਰੜੇ ਨੇ ਪੂਰਾ ਕਰ ਦੇਣਾ ਸੀ। ਪਰ ਉਸ ਦੇ ਬਾਅਦ ਇਹ ਗੱਲ ਵਿੱਚੇ ਹੀ ਰਹਿ ਗਈ। ਉਸ ਖਰੜੇ ਦੇ ਵਿੱਚ ਕੀ ਸੀ, ਖਾਸ ਚੀਜ਼ਾਂ ਕਿਹੜੀਆਂ ਸਨ ਜਿਹੜੀਆਂ ਕਿ ਪੰਥ ਦੇ ਹਿੱਤ ਵਿੱਚ ਨਹੀਂ ਸਨ, ਥੋੜ੍ਹਾ ਜਿਹਾ ਉਸ ਦੇ ਬਾਰੇ ਅਸੀਂ ਵਿਚਾਰ ਕਰਾਂਗੇ। ਉਸ ਦੇ ਬਾਅਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਾਹਾਂਗੇ ਕਿ ਇਸ ਗੰਭੀਰ ਮਸਲੇ ਦੇ ਉੱਤੇ, ਕਿਉਂਕਿ ਇਹ ਸਾਰੇ ਸੰਸਾਰ ਦੇ ਸਿੱਖਾਂ ਨੂੰ ਕੰਸਰਨ ਕਰਦਾ, ਸ਼੍ਰੋਮਣੀ ਕਮੇਟੀ ਨੂੰ ਹੀ ਨਹੀਂ ਜਾਂ ਅਕਾਲੀ ਦਲ ਨੂੰ ਹੀ ਨਹੀਂ, ਜਿੱਥੇ ਜਿੱਥੇ ਵੀ ਸਿੱਖ ਵੱਸਦਾ ਹੈ। ਔਰ ਇੱਕ ਗੱਲ ਕਹਿ ਦੇਣ ਵਿੱਚ ਕੋਈ ਗੁਰੇਜ਼ ਨਹੀਂ ਕਿ ਭਾਵੇਂ ਉਹ ਦਿੱਲੀ ਗੁਰਦੁਆਰਾ ਕਮੇਟੀ ਹੋਏ, ਭਾਵੇਂ ਹਜ਼ੂਰ ਸਾਹਿਬ ਦੀ ਕਮੇਟੀ ਹੋਏ, ਭਾਵੇਂ ਉਹ ਪਟਨਾ ਸਾਹਿਬ ਦੀ ਕਮੇਟੀ ਹੋਏ, ਉਹ ਸਾਰੇ ਦੇ ਸਾਰੇ ਆਲ ਇੰਡੀਆ ਗੁਰਦੁਆਰਾ ਐਕਟ ਬਣਨ ਨਾਲ ਉਹਨਾਂ ਦੇ ਸਥਾਨਕ ਤੌਰ ਦੇ ਉੱਤੇ ਉਹਨਾਂ ਦੇ ਪ੍ਰਬੰਧ ਵਿੱਚ ਕੋਈ ਦਖਲ ਅੰਦਾਜ਼ੀ ਦਾ ਵਿਧਾਨ ਨਹੀਂ ਹੈ, ਪਰ ਕੇਵਲ ਉੱਥੇ ਦੀ ਮਰਿਆਦਾ ਇੱਕ ਹੋਣ ਦਾ। ਔਰ ਦੂਸਰੀ ਗੱਲ ਹੈ ਕਿ ਆਪਸ ਦੇ ਵਿੱਚ ਜਿਹੜਾ ਇੱਕ ਪੰਜਾਬ ਦਾ ਔਰ ਇੱਕ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ, ਜਾਂ ਕਹਿ ਲਿਆ ਜਾਏ ਪੰਜਾਬੀ ਸਿੱਖਾਂ ਦਾ ਅਤੇ ਗੈਰ ਪੰਜਾਬੀ ਸਿੱਖਾਂ ਦਾ, ਉਹ ਜਿਹੜੀ ਏਕਤਾ ਹੁੰਦੀ ਹੈ, ਜਿਹੜੇ ਉਹਨਾਂ ਦੇ ਵਿੱਚ ਇੱਕ ਸਾਰਤਾ ਹੁੰਦੀ ਹੈ, ਜਿਹੜੀ ਆਪਸੀ ਮਿਲਵਰਤਨ ਹੁੰਦੀ ਹੈ, ਉਹ ਵਧੇਗੀ। ਔਰ ਜੇਕਰ ਇਹ ਨਿਸ਼ਾਨਾ ਹੈ, ਇਸ ਏਕਤਾ ਨੂੰ ਰੁਕਾਵਟ ਪਾਈ ਜਾਏ, ਇਹ ਏਕਤਾ ਨਾ ਹੋਣ ਦਿੱਤੀ ਜਾਏ, ਉਹ ਸ਼ਕਤੀਆਂ ਜਿਹੜੀਆਂ ਹਨ ਉਹ ਜ਼ਰੂਰ ਇਸ ਐਕਟ ਦੀ ਵਿਰੋਧਤਾ ਕਰਨਗੀਆਂ ਔਰ ਕਰਦੀਆਂ ਹਨ। ਪਰ ਜਿਹੜੇ ਵੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੀ ਭਾਵਨਾ ਰੱਖਦੇ ਹਨ, ਉਹਨਾਂ ਲਈ ਇਹ ਦਸਤਾਵੇਜ਼ ਇੱਕ ਪੰਥਕ ਦਸਤਾਵੇਜ਼ ਹੈ, ਇੱਕ ਕੌਮੀ ਦਸਤਾਵੇਜ਼ ਹੈ ਔਰ ਇੱਕ ਪੰਥ ਦਾ ਇੱਕ ਹੁਕਮ ਹੈ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਉਸ ਤੋਂ ਬਾਅਦ ਜਿਹੜਾ 1999 ਦਾ ਜਿਹੜਾ ਜਸਟਿਸ ਹਰਬੰਸ ਸਿੰਘ ਨੇ ਐਕਟ ਸੀ, ਉਸ ਦੇ ਵਿੱਚ ਕੀ ਇਤਰਾਜ਼ ਸੀ, ਉਸ ਦੇ ਉੱਤੇ
ਬਹੁਤ ਸੰਖੇਪ ਵਿੱਚ ਵਿਚਾਰ ਕਰਕੇ ਅਸੀਂ ਆਪ ਜੀ ਦੀਆਂ ਕਾਲਸ ਇਸ ਅਹਿਮ ਮਸਲੇ ਦੇ ਉੱਤੇ ਲਵਾਂਗੇ। ਬ੍ਰੇਕ ਦੇ ਬਾਅਦ ਆਪ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਗੱਲ ਕਰ ਰਹੇ ਸੀ ਆਲ ਇੰਡੀਆ ਗੁਰਦੁਆਰਾ ਐਕਟ ਦੇ ਉਸ ਖਰੜੇ ਬਾਰੇ, ਜਿਹੜੀ ਪੰਥ ਦੀ ਮੰਗ ਸੀ, ਜਿਹੜੀ ਮੰਗ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਈ, ਜਿਹੜੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸੀ, ਜਿਹੜੀ ਮੰਗ ਰਾਜੀਵ ਲੌਂਗੋਵਾਲ ਦੇ ਵਿੱਚ ਐਕਟ, ਜਿਹੜੀ ਰਾਜੀਵ ਲੌਂਗੋਵਾਲ ਸਮਝੌਤੇ ਵਿੱਚ ਵੀ ਉਹ ਪ੍ਰਵਾਨ ਕੀਤੀ ਗਈ, ਔਰ ਸਰਕਾਰ ਨੇ ਕਿਹਾ ਕਿ ਉਹ ਵਚਨਬੱਧ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਲਾਹ ਕਰਕੇ ਉਹ ਆਲ ਇੰਡੀਆ ਗੁਰਦੁਆਰਾ ਐਕਟ ਤਿਆਰ ਕਰਨਗੇ। ਪਰ ਜਦੋਂ ਇਸ ਨੂੰ ਦੇਣ ਦੀ ਗੱਲ ਕੀਤੀ ਗਈ ਤਾਂ ਜਿਹੜੀ ਦਾਲਮ ਕਮੇਟੀ ਬਣੀ ਉਸਨੇ ਜੋ ਆਪਣੇ ਉਸਦੇ ਆਪਣੇ ਇਰਾਦੇ ਨੂੰ ਸਪਸ਼ਟ ਕੀਤਾ, ਜੋ ਨੱਥਾ ਸਿੰਘ ਦਾਲਮ, ਸਰਦਾਰ ਨੱਥਾ ਸਿੰਘ ਦਾਲਮ ਨੇ ਆਪਣੇ ਲੰਬੇ ਲੇਖ ਵਿੱਚ ਲਿਖਿਆ, ਉਹ ਵਰਬਟਮ ਆਪ ਤੱਕ ਦੱਸਣਾ ਜ਼ਰੂਰੀ ਹੈ, ਜਿਹੜਾ 2 ਦਸੰਬਰ 1986 ਦੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹਨਾਂ ਨੇ ਲੰਬਾ ਲੇਖ ਲਿਖਿਆ ਔਰ ਉਹ ਬਾਹਰ ਵੀ ਛਾਪਿਆ ਗਿਆ। ਉਹਦੇ 'ਚ ਕਿਹਾ ਕਿ ਦੀ ਸੈਂਟਰਲ ਬੋਰਡ ਵਿਦ ਦੀ ਹੈਲਪ ਆਫ ਇਨਲਾਰਜਡ SGPC ਵਿਲ ਇੰਡੈਵਰ ਟੂ ਫੇਸ ਦੀ ਚੈਲੇਂਜ ਆਫ ਕੰਪਲੈਕਸ ਇਸ਼ੂ ਆਫ ਸੈਪਰੇਟਿਜ਼ਮ ਐਂਡ ਕਮਿਊਨਲਿਜ਼ਮ ਐਕਵਾਇਰਡ ਬਾਈ ਦੀ ਸਿੱਖਸ ਐਂਡ ਆਲਸੋ ਟੂ ਬ੍ਰਿੰਗ ਦੀ ਰੋਲ ਆਫ ਇੰਪੋਰਟੈਂਸ ਆਫ ਦੀ ਤਖ਼ਤ ਵਿਦ ਇਨ ਦੀ ਪਰਵਿਊ ਆਫ ਦੀ ਲਾਅ। ਯਾਨੀ ਅਕਾਲ ਤਖ਼ਤ ਸਾਹਿਬ ਨੂੰ ਐਕਟ ਦੇ ਥੱਲੇ ਲਿਆਉਣਾ ਔਰ ਗੁਰਦੁਆਰਿਆਂ ਨੂੰ ਸੈਕੂਲਰ ਕਰਨਾ, ਇਹ ਇਸ ਐਕਟ ਦਾ ਮਨਸ਼ਾ ਸੀ। ਔਰ ਇਸ ਦੇ ਤਹਿਤ ਹੀ ਬਾਅਦ ਦੇ ਜਿਤਨੇ ਵੀ ਐਕਟ ਬਣਾਏ ਗਏ, ਜਿਤਨੇ ਵੀ ਖਰੜੇ ਬਣਾਏ ਗਏ, ਚਾਹੇ ਉਹ ਦਾਲਮ ਕਮੇਟੀ ਦਾ ਸੀ, ਚਾਹੇ ਉਹ ਰਿਵਿਊ ਕਮੇਟੀ ਸੀ, ਆਲੂਵਾਲੀਆ ਕਮੇਟੀ ਸੀ, ਜਾਂ ਫਿਰ ਬਾਅਦ ਵਿੱਚ ਜਿਹੜਾ ਜਸਟਿਸ ਹਰਬੰਸ ਸਿੰਘ ਦਾ ਖਰੜਾ ਸੀ, ਪਰ ਜਿਹੜਾ ਸਭ ਤੋਂ ਵੱਧ ਖਤਰਨਾਕ ਦਸਤਾਵੇਜ਼, ਫਾਈਨਲ ਦਸਤਾਵੇਜ਼ ਜਿਹੜਾ ਦਿੱਤਾ ਗਿਆ ਉਹ ਸੀ ਜਸਟਿਸ ਹਰਬੰਸ ਸਿੰਘ ਵੱਲੋਂ ਦਿੱਤਾ ਗਿਆ। ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਇਹ ਸੀ ਕਿ ਇਹ ਕੌਮ ਦੀ ਵਾਰ ਵਾਰ ਮੰਗ ਸੀ ਕਿ ਜੋ ਦਿੱਲੀ ਦੇ ਐਕਟ ਦੀ ਪਰਿਭਾਸ਼ਾ ਹੈ ਉਹ ਲਾਗੂ ਕੀਤੀ ਜਾਏ। ਔਰ ਉਸ ਦੇ ਵਿੱਚ ਕਿਹਾ ਵੀ ਗਿਆ, ਜਿਹੜਾ 1999 ਦਾ ਖਰੜਾ ਸੀ, ਕਿ ਅਸੀਂ ਸੇਮ ਪਰਿਭਾਸ਼ਾ ਦੇ ਰਹੇ ਹਾਂ, ਅਸੀਂ ਸਿਮਿਲਰ ਦੇ ਰਹੇ ਹਾਂ। ਸੇਮ ਔਰ ਸਿਮਿਲਰ ਦੇ ਵਿੱਚ ਫਰਕ ਹੁੰਦਾ ਹੈ, ਇੱਕੋ ਜਿਹੀ ਤੇ ਇੱਕੋ ਦੇ ਵਿੱਚ ਜਿਸ ਤਰ੍ਹਾਂ ਫਰਕ ਹੁੰਦਾ ਹੈ। ਜੋ ਕੌਮੀ ਤੌਰ ਤੇ ਪਾਸ ਕੀਤਾ ਗਿਆ ਸੀ, ਸੇਮ ਪਰਿਭਾਸ਼ਾ ਦਿੱਤੀ ਜਾਏ, ਉਸ ਵੇਲੇ ਲਿਖਿਆ ਗਿਆ ਸੀ ਸਿਮਿਲਰ ਦੇ ਰਹੇ ਹਾਂ। ਉਹ ਸਿਮਿਲਰ ਕੀ ਦਿੱਤਾ ਗਿਆ, ਜਿਹੜੀ ਓਰਿਜਿਨਲ ਪਰਿਭਾਸ਼ਾ ਸੀ ਸਿੱਖ ਦੇ ਸੀ, ਦਾ ਵਨ ਹੂ ਬਿਲੀਵਸ ਐਂਡ ਫੋਲੋਜ਼ ਦਾ ਟੀਚਿੰਗ ਆਫ ਗੁਰੂ ਗ੍ਰੰਥ ਸਾਹਿਬ ਓਨਲੀ, ਇਹਦੇ ਵਿੱਚੋਂ ਓਨਲੀ ਲਫ਼ਜ਼ ਹਟਾ ਦਿੱਤਾ ਗਿਆ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਬਿਲੀਵ ਕਰਨਾ ਐਂਡ ਬਿਲੀਵਿੰਗ ਇਨ ਗੁਰੂ ਗ੍ਰੰਥ ਸਾਹਿਬ ਓਨਲੀ, ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਕਰਨਾ ਜਾਂ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਕਰਨਾ, ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪਰ ਇਸ ਖਰੜੇ ਦੇ ਵਿੱਚ ਹਾਲਾਂ ਆਮ ਜ਼ਾਹਿਰਾ ਤੌਰ ਦੇ ਉੱਤੇ ਦੱਸਿਆ ਗਿਆ, ਬੜੇ ਸੂਖਸ਼ਮ ਤਰੀਕੇ ਦੇ ਨਾਲ ਵਾਰ ਕੀਤਾ ਗਿਆ, ਦਿੱਲੀ ਦੇ ਐਕਟ ਵਿੱਚ ਸੀਗਾ ਕਿ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਰੱਖਦਾ, ਪਰ ਜਦੋਂ ਐਕਟ ਦਾ ਖਰੜਾ ਪੇਸ਼ ਕੀਤਾ ਗਿਆ ਔਰ ਜਿਸ ਨੂੰ ਬੜੀ ਫੁਰਤੇਜ਼ੀ ਦੇ ਨਾਲ ਲਾਗੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਵਿੱਚ ਕੇਵਲ ਲਫ਼ਜ਼ ਹਟਾ ਦਿੱਤਾ ਗਿਆ। ਫਿਰ ਓਰਿਜਿਨਲ ਵਿੱਚ ਸੀਗਾ ਕਿ ਜਿਹੜਾ ਦ ਵਨ ਹੂ ਬਿਲੀਵਸ ਐਂਡ ਫੋਲੋਜ਼, ਉਹਦੇ ਵਿੱਚੋਂ ਫੋਲੋਜ਼ ਵਰਡ ਹਟਾ ਦਿੱਤਾ ਗਿਆ। ਇਸ ਦਾ ਮਤਲਬ ਇਹ ਹੋ ਗਿਆ, ਬਿਲੀਵਿੰਗ ਇਜ਼ ਸਫੀਸ਼ੈਂਟ, ਫੋਲੋ ਕਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਇਸ ਦੇ ਬਾਰੇ ਵਿਸਥਾਰ ਸਹਿਤ ਗੱਲ ਹੋਈ ਤਾਂ ਇਹ ਜਵਾਬ ਦਿੱਤਾ ਗਿਆ ਖਰੜਾ ਬਣਾਉਣ ਵਾਲਿਆਂ ਵੱਲੋਂ, ਕੀ ਤੁਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਦੇਹਧਾਰੀ ਵਿੱਚ ਵਿਸ਼ਵਾਸ ਰੱਖਦੇ ਹਨ, ਕੀ ਤੁਸੀਂ ਉਹਨਾਂ ਨੂੰ ਗੁਰਦੁਆਰਾ ਵੋਟਰ ਲਿਸਟ ਤੋਂ ਬਾਹਰ ਕਰਨਾ ਚਾਹੁੰਦੇ ਹੋ? ਇਸ ਤੋਂ ਹੀ ਸਾਫ਼ ਜ਼ਾਹਿਰ ਹੋ ਗਿਆ ਕਿ ਗੁਰਦੁਆਰਾ ਨਿਜ਼ਾਮ ਦੇ ਵਿੱਚ, ਗੁਰਦੁਆਰਾ ਪ੍ਰਬੰਧ ਦੇ ਵਿੱਚ ਵੀ ਜਿਤਨੇ ਦੇਹਧਾਰੀ ਨੂੰ ਮੰਨਣ ਵਾਲੇ ਹਨ, ਉਹਨਾਂ ਸਾਰਿਆਂ ਨੂੰ ਉਸ ਦੇ ਵਿੱਚ ਵੋਟਰ ਬਣਾਉਣ ਦੀ ਇੱਕ ਸਾਜ਼ਿਸ਼ ਸੀ।
ओरिजिनल एक्ट विच एक होर सी कि जे जेड़ा होर किसी धर्म नूं नहीं मनदा एक क्लॉज भी उहदे विचों हटा दित्ती गई सी। उस ओरिजिनल एक्ट दे विच शराब पीण वाले नूं मैंबर बनन दी या वोटर बनन दी मनाई सी, इस नवे खरड़े विच ਉਹ ਵੀ ਹਟਾ ਦਿੱਤੀ ਗਈ। ਇਹ ਗਿਫਟ ਦਿੱਤੀ ਜਾ ਰਹੀ ਸੀ ਪੰਥ ਨੂੰ ਸਰਕਾਰ ਵੱਲੋਂ, ਉਹ ਵੀ ਸ਼ਰਤ ਹਟਾ ਦਿੱਤੀ ਗਈ। ਔਰ ਉਸ ਵੇਲੇ ਅਨਾਊਂਸ ਕੀਤਾ ਗਿਆ ਕਿ ਕੀ ਸਾਰੇ ਲੋਕ ਝੂਠ ਬੋਲਦੇ ਹਨ, ਤੁਸੀਂ ਚਾਹੁੰਦੇ ਹੋ ਲੋਕ ਝੂਠ ਦੀ ਗੱਲ ਬਿਆਨ ਦੇਣ, ਇਸ ਕਰਕੇ ਅਸੀਂ ਇਹ ਸ਼ਰਤ ਹਟਾ ਦਿੱਤੀ ਹੈ। ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ ਉਹ ਜਿਹੜੇ ਲੋਕ ਦੇਹਧਾਰੀ ਵਿੱਚ ਵਿਸ਼ਵਾਸ ਰੱਖਦੇ ਹਨ, ਦਰਅਸਲ ਇਹ ਉਹਨਾਂ ਦੀ ਐਡੀਸ਼ਨਲ ਕੁਆਲੀਫਿਕੇਸ਼ਨ ਹੈ। ਦਰਅਸਲ ਜਿਹੜੀ ਸਭ ਤੋਂ ਵੱਡੀ ਡਿਸਕੁਆਲੀਫਿਕੇਸ਼ਨ ਹੈ ਉਸਨੂੰ ਐਡੀਸ਼ਨਲ ਕੁਆਲੀਫਿਕੇਸ਼ਨ ਦੱਸਿਆ ਜਾ ਰਿਹਾ ਸੀ। ਇੱਥੇ ਹੀ ਬਸ ਨਹੀਂ, ਬਲਕਿ ਇਹ ਕਿਹਾ ਗਿਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਨਾਮਜ਼ਦ ਕਿਸੇ ਵਿਅਕਤੀ ਦੇ ਅੱਗੇ ਜਾ ਕੇ ਆਪਣੇ ਅਹੁਦੇ ਦੀ ਸਹੁੰ ਚੁੱਕੇਗਾ। ਇਹ ਜਿਹੜੀ ਗੱਲ ਕਹੀ ਗਈ ਸੀ ਕਿ ਸ਼੍ਰੋਮਣੀ ਅਕਾਲ ਤਖਤ ਸਾਹਿਬ ਨੂੰ ਇਸ ਦੇ ਅਧੀਨ ਕੀਤਾ ਜਾਏਗਾ, ਇਹ ਕਿਸ ਕੋਝੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੱਲ੍ਹ ਨੂੰ ਪ੍ਰਧਾਨ ਕਵੇ ਉਹ ਜਿਹੜਾ ਬਾਹਰ ਚਾਹ ਦਾ ਖੋਖਾ ਲਾ ਕੇ ਬੈਠਾ ਹੈ ਤੂੰ ਉਸਦੇ ਅੱਗੇ ਜਾ ਕੇ ਸਹੁੰ ਚੁੱਕ ਲੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਨਾਮਜ਼ਦ ਕਿਸੇ ਵੀ ਵਿਅਕਤੀ ਦੇ ਸਾਹਮਣੇ ਜਾ ਕੇ ਉਸਨੂੰ ਸਹੁੰ ਚੁੱਕਣੀ ਪਏਗੀ। ਇਹ ਸਾਰੀਆਂ ਜਿਹੜੀਆਂ ਸਨ ਦੈਵ ਨੇਤਲ ਗੁਰੂ ਦੀ ਕਿਰਪਾ ਹੋਈ, ਪ੍ਰੈਸ ਦੇ ਵਿੱਚ ਇਹ ਸਾਰਾ ਆ ਜਾਣ ਦੇ ਬਾਅਦ ਉਹ ਸਾਰਾ ਕੁਛ ਫਿਰ ਵਿੱਚ ਰਹਿ ਗਿਆ। ਜਿਵੇਂ ਕਿਹਾ ਕੌਮ ਦੀ ਗੁਰੂ ਦੀ ਅਦ੍ਰਿਸ਼ ਕਲਾ ਇਸ ਪੰਥ ਦੇ ਉੱਤੇ ਹੈ, ਪੰਥ ਦਾ ਵਾਲੀ ਹੈ। ਔਰ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਇਸਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਪੂਰੀ ਤਰ੍ਹਾਂ ਰਿਜੈਕਟ ਕਰ ਦਿੱਤਾ, ਔਰ ਜਿਹੜਾ ਕਿ ਬਹੁਤ ਦਲੇਰਾਨਾ ਕੰਮ ਸੀ। ਔਰ ਉਸ ਦੇ ਬਾਅਦ ਉਹਨਾਂ ਨੇ ਇੱਕ ਜਸਟਿਸ KS ਟਿਵਾਣਾ ਪੈਨਲ ਬਣਾਇਆ ਜਿਹਨਾਂ ਨੇ ਦੁਬਾਰਾ ਉਹ ਖਰੜਾ ਤਿਆਰ ਕੀਤਾ, ਔਰ ਕਾਫੀ ਮਿਹਨਤ ਦੇ ਨਾਲ ਉਹ ਖਰੜਾ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਭੇਜ ਦਿੱਤਾ, ਔਰ ਜਿਹੜਾ ਉਹਨਾਂ ਨੇ ਪਾਸ ਕਰਕੇ ਸਰਕਾਰ ਨੂੰ ਭੇਜਿਆ। ਹੁਣ ਲੋੜ ਤਾਂ ਇਹ ਸੀ ਕਿ ਉਸ ਖਰੜੇ ਨੂੰ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਨਿਤ ਹੈ, ਜਿਹੜਾ ਉਹਨਾਂ ਨੇ ਪਾਸ ਕਰ ਦਿੱਤਾ ਹੈ, ਜਿਹੜੀ ਗੱਲ ਕਰ ਦਿੱਤੀ ਗਈ ਹੈ ਉਸਨੂੰ ਅਸੀਂ ਲਾਗੂ ਕਰਦੇ। ਪਰ ਅੱਜ ਫਿਰ ਉਸਨੂੰ ਰੋਕਣ ਦੀ ਬਜਾਏ, ਉਸਨੂੰ ਲਾਗੂ ਕਰਨ ਦੀ ਬਜਾਏ ਫਿਰ ਹੋਰ ਗੁੰਝਲ ਪਾਈਆਂ ਜਾ ਰਹੀਆਂ ਹਨ। ਅਖੀਰ ਦੇ ਵਿੱਚ ਕੇਵਲ ਇੱਕ ਗੱਲ ਕਹਿਣੀ ਹੈ, ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦਾ ਸਿੰਘ ਸਾਹਿਬਾਨ ਦਾ ਇਹ ਫੈਸਲਾ ਕਿ ਅਸੀਂ ਆਲ ਇੰਡੀਆ ਗੁਰਦੁਆਰਾ ਐਕਟ ਦੀ ਹਮਾਇਤ ਕਰਦੇ ਹਾਂ, ਇਹ ਕੇਵਲ ਇੱਕ ਅਖਬਾਰੀ ਬਿਆਨ ਔਰ ਇੱਕ ਕੇਵਲ ਮਹਿਜ਼ ਬਿਆਨਬਾਜ਼ੀ ਤੱਕ ਹੀ ਨਾ ਰਹਿ ਜਾਏ। ਸ਼੍ਰੋਮਣੀ ਕਮੇਟੀ ਪੰਥ ਨੂੰ, ਦਿੱਲੀ ਕਮੇਟੀ ਨੂੰ, ਸਾਰੇ ਸਿੱਖ ਜਗਤ ਨੂੰ ਆਦੇਸ਼ ਜਾਰੀ ਹੋਣਾ ਚਾਹੀਦਾ ਹੈ ਕਿ ਉਸ ਐਕਟ ਨੂੰ ਲਾਗੂ ਕਰਵਾਉਣ, ਪਰ ਇਸ ਦੇ ਨਾਲ ਚੇਤੰਨਵੀ ਹੋਣ। ਇਹ ਨਾ ਹੋਏ ਜਿਸ ਤਰ੍ਹਾਂ ਆਮ ਤੌਰ ਦੇ ਉੱਤੇ ਹੁੰਦਾ, ਅਸੀਂ ਆਪਣੇ ਨਿੱਜੀ ਦਸਤਾਵੇਜ਼ ਤਾਂ ਬੜੇ ਧਿਆਨ ਨਾਲ ਵੇਖਦੇ ਹਾਂ, ਪਰ ਜਦੋਂ ਕੌਮੀ ਦਸਤਾਵੇਜ਼ਾਂ ਦੀ ਗੱਲ ਆਉਂਦੀ ਹੈ ਅਸੀਂ ਅੱਖਾਂ ਬੰਦ ਕਰ ਲੈਂਦੇ ਹਾਂ। ਸੋ ਇਹ ਵਿਚਾਰ ਸੀ ਇਸ ਅਹਿਮ ਮਸਲੇ ਦੇ ਉੱਤੇ, ਤਾਂ ਕਿ ਆਉਣ ਵਾਲੀ ਸਿੱਖ ਜਗਤ ਨੂੰ ਜਾਂ ਆਉਣ ਵਾਲੀ ਜਨਰੇਸ਼ਨਸ ਨੂੰ ਹਾਲਾਤ ਦਾ ਸਹੀ ਪਤਾ ਹੋਏ, ਸਹੀ ਮੁਲਾਂਕਣ ਕਰ ਸਕਣ, ਔਰ ਤਾਂ ਕਿ ਅੱਗੇ ਦੀ ਸਟ੍ਰੈਟਜੀ ਤੈਅ ਕਰ ਸਕਣ। ਅਸੀਂ ਆਪਦੀਆਂ ਕਾਲਸ ਲਵਾਂਗੇ ਔਰ ਚਾਹਵਾਂਗੇ ਕਿ ਆਪ ਜੀ ਆਪਣੇ ਵਿਚਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਪੰਥ ਨੂੰ ਭੇਜੋ, ਤਾਂ ਕਿ ਇਸ ਜਸ ਪੰਜਾਬੀ ਦੇ ਇਸ ਫੋਰਮ ਦੇ ਰਾਹੀਂ ਆਪ ਦੀ ਗੱਲ ਨੂੰ ਅਸੀਂ ਉੱਥੇ ਤੱਕ ਪਹੁੰਚਾ ਸਕੀਏ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਹੈਲੋ, ਤੁਸੀਂ ਲਾਈਨ 'ਤੇ ਹੋ, ਦੱਸੋ।
ਹੈਲੋ ਹੈਲੋ ਲਾਈਨਾਂ 'ਚ ਹੈਲੋ ਸਰਦਾਰ ਚਰਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਕੌਣ ਬੋਲ ਰਹੇ ਜੀ? ਮੈਂ ਸੁਖਦੇਵ ਸਿੰਘ ਬੋਲਦਾ ਜੀ। ਥੋੜ੍ਹੇ ਦਿਨ ਤੁਹਾਡੇ ਨਾਲ ਪਹਿਲਾਂ ਗੱਲਬਾਤ ਹੋਈ ਸੀ। ਕਿਹੜੀ ਜਗ੍ਹਾ ਤੋਂ ਵੀਰ ਜੀ? ਨਿਊਯਾਰਕ ਤੋਂ ਬੋਲਦਾ ਜੀ ਮੈਂ। ਹਾਂਜੀ, ਹੁਕਮ ਕਰੋ ਵੀਰ ਜੀ। ਇਹ ਬੇਨਤੀ ਹੈ ਜੀ, ਜਿਹੜਾ ਗੁਰਦੁਆਰਾ ਐਕਟ ਹੈ ਇਹਦੇ ਬਾਰੇ ਸਾਨੂੰ ਬਹੁਤਾ ਨੌਲੇਜ ਤਾਂ ਹੈ ਨਹੀਂ ਕਿ ਕੀ ਖਰੜਾ ਤਿਆਰ ਹੋਇਆ ਕੀ ਨਹੀਂ ਹੋਇਆ। ਇਹੀ ਦੱਸਣ ਦੀ ਕੋਸ਼ਿਸ਼ ਸੀ ਨਾ ਜੀ, ਸਮਝਣਾ ਪਏਗਾ, ਪੜ੍ਹ ਲਓ। ਜਿਹੜੀ ਰਿਵਿਊ ਕਮੇਟੀ ਬਣਾਈ ਇਹਨਾਂ ਆਫਟਰ ਬਲੂ ਸਟਾਰ ਜੀ, ਉਹਦਾ ਇਹਨਾਂ ਜਿਹੜਾ ਨੱਥਾ ਸਿੰਘ ਦਾਲਮ ਦੇ ਮਤਹਿਤ ਜੀ ਉਹਦੀ ਅਗਵਾਈ ਚ ਜੀ, ਨੱਥਾ ਸਿੰਘ ਦਾਲਮ ਨੂੰ ਸਨ 78 ਚ ਸਾਡੇ ਪਿੰਡ ਦੀ ਸਟੇਜ ਤੇ ਜੀ ਉਦੋਂ ਸਿੱਖਿਆ ਮੰਤਰੀ ਸਨ ਜੀ, ਤੇ ਜਦੋਂ ਪਹਿਲਾਂ ਐਮਰਜੈਂਸੀ ਤੋਂ ਬਾਅਦ ਹਾਂਜੀ, ਤੇ ਉਸ ਵੇਲੇ ਉਸ ਸਟੇਜ ਦੇ ਉੱਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤੇ ਇਹ ਦੋਵੇਂ ਇਕੱਠੇ ਸਨ। ਸਾਡੇ ਪਿੰਡ ਸਕੂਲ ਦਾ ਉਦਘਾਟਨ ਹੋਇਆ ਸੀ ਹਾਂਜੀ। ਸੰਤਾਂ ਨੇ ਉਦੋਂ ਕਹਿ ਦਿੱਤਾ ਸੀ ਕਿ ਇਹਨੂੰ ਪੁੱਛ ਲਓ ਵੀ ਇਹ ਪੰਥਕ ਹੈਗੇ ਨੇ, ਇਹਨਾਂ ਦਾ ਟੇੜਕ ਇਸ਼ਾਰਾ ਹੈਗਾ ਹਾਂਜੀ, ਜੇ ਇਹਨਾਂ ਟੇੜਕ ਇਸ਼ਾਰਾ ਗੱਲ ਸ੍ਰੀ ਸਾਹਿਬ ਹੈਗੀ ਤਾਂ ਮੈਂ ਇਹਨਾਂ ਨੂੰ ਪੰਥਕ ਕਹਿੰਦਾ। ਇਹ ਪੰਥ ਦੇ ਤੇ ਹੈ ਹੀ ਨੀ, ਇਹ ਪੰਥ ਦਾ ਕਰਨਗੇ ਕੀ ਜੀ ਜੀ। ਤੇ ਬਾਕੀ ਜਿਹੜਾ ਖਰੜਾ ਇਹਨਾਂ ਨੇ ਭੇਜਿਆ ਆਪਣੇ ਹਰਬੰਸ ਸਿੰਘ ਵਾਲਾ ਬਾਦਲ ਸਾਹਿਬ ਹੋਣਾ 99 ਚ ਜੀ, ਉਹ ਖਰੜੇ ਦੇ ਵਿੱਚੋਂ ਇਹਨਾਂ ਜਿਹੜਾ ਓਨਲੀ ਕੱਟਿਆ ਜੀ, ਓਨਲੀ ਇਸ ਕਰਕੇ ਕੱਟਿਆ ਕਿ ਇਹ ਦੇਹ ਧਾਰੀਆਂ ਦੇ ਕੋਲ ਖੁਦ ਜਾਂਦੇ ਆਸ਼ੂਤੋਸ਼ ਕੋਲ, ਬਾਕੀ ਰਾਮ ਰਹੀਮ ਦੇ ਕੋਲ, ਪਨਿਹਾਰੀਆਂ ਦੇ ਕੋਲ, ਤੇ ਰਾਧਾ ਸਵਾਮੀਆਂ ਦੇ ਕੋਲ, ਨਰਕ ਧਾਰੀਆਂ ਦੇ ਕੋਲ ਇਹ ਖੁਦ ਜਾਂਦੇ ਮੱਥੇ ਟੇਕਦੇ ਨੇ, ਤੇ ਇਹ ਜੇ ਓਨਲੀ ਨਾ ਕੱਟਣਗੇ। ਇੱਕ ਮੈਂ ਸਪਸ਼ਟ ਕਰਦੇ ਹਾਂ, ਇੱਕ ਸਪਸ਼ਟ ਕਰਦੇ ਹਾਂ ਕਿ ਇਹ ਅਕਾਲੀ ਦਲ ਨੇ, ਉਹਨਾਂ ਨੇ ਖਰੜਾ ਨਹੀਂ ਸੀ ਤਿਆਰ ਕੀਤਾ, ਇਹ ਕੇਂਦਰ ਸਰਕਾਰ ਵੱਲੋਂ ਨਿਯੁਕਤ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ ਕੀਤਾ ਸੀ, ਪਰ ਬਾਦਲ ਸਰਕਾਰ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਰਿਜੈਕਟ ਕੀਤਾ ਸੀ। ਸੋ ਠੀਕ ਹੈ, ਵਿਰੋਧ ਤਾਂ ਜ਼ਰੂਰ ਹੋਣੀ ਚਾਹੀਦੀ ਹੈ, ਪਰ ਜਿਹੜੇ ਵੀ ਤੱਥ ਹਨ ਅਸੀਂ ਉਹਨਾਂ ਨੂੰ ਇਗਨੋਰ ਨਾ ਕਰੀਏ। ਅਤੇ ਦੂਸਰੀ ਆਪ ਜੀ ਦੀ ਗੱਲ ਜਿਹੜੀ ਹੈ, ਤੇੜ ਕਛਹਿਰਾ ਹੁਣ ਵੇਲੇ ਇਸ ਵੇਲੇ ਖਤਰਾ ਇਹ ਵੀ ਹੈ ਕਿ ਜਿਸ ਨੇ ਹਮਲਾ ਕਰਨਾ ਉਹ ਸਾਬਤ ਸੂਰਤ ਦਸਤਾਰ ਹੋ ਕੇ, ਦੂਰੀ ਦਸਤਾਰ ਸਜ਼ਾ ਕੇ, ਔਰ ਉਹ ਕਰੇਗਾ। ਸਾਨੂੰ ਚੇਤਨ ਹੋਣਾ ਪਏਗਾ, ਜਿਵੇਂ ਅਸੀਂ ਨਿੱਜੀ ਕਾਗਜ਼ਾਤ, ਨਿੱਜੀ ਅਸੀਂ ਦਸਤਾਵੇਜ਼ਾਂ ਨੂੰ ਵੇਖਦੇ ਹਾਂ, ਅਸੀਂ ਪੰਥਕ ਦਸਤਾਵੇਜ਼ਾਂ ਨੂੰ ਵੀ ਵੇਖੀਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਹਨਾਂ ਦੀ ਸ਼੍ਰੋਮਣੀ ਕਮੇਟੀ ਦੀ ਜਾਂ ਸਹੀ ਅਕਾਲ ਤਖ਼ਤ ਸਾਹਿਬ ਦੀ ਜ਼ਰੂਰਤ ਸਿਰਫ ਆਪਣੇ ਮਕਸਦ ਵਾਸਤੇ? ਚਲੋ, ਉਹ ਅਸੀਂ ਵੱਖਰਾ, ਆਪਾਂ ਉਹ ਕਈ ਵਾਰੀ ਤੁਸੀਂ ਅਸੀਂ ਕਰ ਚੁੱਕੇ ਹਾਂ, ਇਸ ਵੇਲੇ ਅਸੀਂ ਐਕਟ ਦੇ ਉੱਤੇ ਕਰ ਰਹੇ ਹਾਂ, ਉਹਦੇ ਬਾਰੇ ਜਿਹੜੇ ਵਿਚਾਰ ਹੈ ਅਸੀਂ ਜ਼ਰੂਰ ਲੈ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਹੈਲੋ, ਲੰਮਾ ਸਮਾਂ ਜੀ ਦਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੈਂ ਸੋਚ ਰਿਹਾ ਸੀ। ਹਾਂਜੀ ਹਾਂਜੀ ਹਾਂਜੀ, ਸੋਚ ਸਾਹਿਬ, ਹਾਂਜੀ ਹੁਕਮ ਕਰੋ ਜੀ। ਮੈਂ ਕਿ ਤੁਸੀਂ ਦੱਸੀ ਜਾਓ, ਕਹੀ ਜਾਓ ਤੇ ਮੈਂ ਸੁਣੀ ਜਾਵਾਂ। ਚਲੋ, ਜਿੱਦਾਂ ਆਪ ਹੁਕਮ ਕਰੋ। ਹਾਂਜੀ, ਗੱਲ ਇਹ ਜ਼ਰੂਰੀ ਹੈਗਾ, ਇਹ ਚੀਜ਼ਾਂ ਵੀ ਪਤਾ ਹੋਣੀਆਂ ਚਾਹੀਦੀਆਂ, ਬਾਕੀ ਅੱਗੋਂ ਹੋਣਾ ਜਾਂ ਨਾ ਹੋਣਾ ਇਹ ਗੁਰੂ ਦੇ ਹੱਥ ਹੈਗਾ ਜੀ। ਨਹੀਂ, ਮੈਂ 50 ਕਿਤਾਬਾਂ ਪੜ੍ਹ ਕੇ ਵੀ ਇੰਨਾ ਨਹੀਂ ਮੈਂ ਹਾਸਲ ਵੀ ਕਰ ਸਕਦਾ ਜੋ ਤੁਹਾਡੇ ਜੀ ਵਾਰਤਾਲਾਪ ਚੋਂ ਮੈਨੂੰ ਮਿਲ ਜਾਂਦਾ ਜੀ। ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ। ਚਲੋ, ਗੁਰੂ ਦੀ ਅਸੀਸ ਔਰ ਸੰਗਤ ਦੀ ਅਸੀਸ ਚਾਹੀਦੀ ਹੈ। ਧੰਨਵਾਦ ਤੁਹਾਡਾ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਵਰਿੰਦਰਜੀਤ ਬੋਲ ਰਿਹਾ ਆਪਣੇ ਟਾਊਨ ਤੋਂ। ਹਾਂਜੀ ਗੁਰਿੰਦਰਜੀਤ ਜੀ, ਹੁਕਮ ਕਰੋ। ਮੈਨੂੰ ਭਾਜੀ ਬਹੁਤ ਅੱਛੇ ਵਿਚਾਰ ਲੱਗੇ, ਮੈਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਇਹ ਸਾਰੀ ਮਤਲਬ ਆਪਣਾ ਅਕਾਲੀ ਦਲ ਬਾਰੇ ਜਾਂ SGBC ਬਾਰੇ ਤੁਸੀਂ ਦੱਸ ਰਹੇ ਹੋ ਸਾਰਾ ਕੁਛ ਜੀ, ਪਰ ਮੇਰੇ ਜਿਹੜੇ ਪਰਸਨਲੀ ਵਿਚਾਰ ਨੇ। ਆਪ ਆਵਾਜ਼ TV ਦੀ ਘੱਟ ਕਰੋ ਪਹਿਲੇ। ਹਾਂਜੀ ਹਾਂਜੀ,
ਜੀ ਕਿ ਸਾਨੂੰ ਸਾਰਿਆਂ ਨੂੰ SGPC ਦੀ ਸਾਰੀ ਸਿੱਖ ਕੌਮ ਨੂੰ ਸਪੋਰਟ ਕਰਨੀ ਚਾਹੀਦੀ ਹੈ ਜੀ। ਇਹ ਸਭ ਤੋਂ ਸਾਡੀ ਮੈਂ ਸੁਪਰੀਮ ਬਾਡੀ ਕਹਾਂਗਾ ਕਿ ਸਿੱਖਾਂ ਦੀ ਹਾਂਜੀ ਸੁਪਰੀਮ ਬਾਡੀ ਹੈ ਤੇ ਇਹਨੂੰ ਸਪੋਰਟ ਕਰਨਾ ਚਾਹੀਦਾ ਕਿ ਜਿਹੜਾ ਅੱਜ ਕੱਲ ਵਿਵਾਦ ਚੱਲਿਆ ਉੱਥੇ ਹਰਿਆਣੇ ਦੀ ਹੈ ਕਮੇਟੀ ਬਣਾਉਣ ਦਾ ਸਾਰੇ ਸਿੱਖਾਂ ਨੂੰ ਇਕੱਠਿਆਂ ਹੋ ਕੇ ਮੇਰੇ ਹਿਸਾਬ ਦੇ ਨਾਲ ਤੇ SGPC ਨੂੰ ਸਪੋਰਟ ਕਰਨਾ ਚਾਹੀਦਾ ਕਿ ਇਹ ਬੜੀ ਕੁਰਬਾਨੀਆਂ ਦੇ ਨਾਲ ਇਹ ਜਿਹੜੀ SGPC ਹੋਣ ਚਾਹੀ ਸੀਗੀ ਤੇ ਇਹ ਮਤਲਬ ਸਾਰੇ ਸਿੱਖ ਹੋਣ ਨੂੰ ਮੈਂ ਇਹੋ ਬੇਨਤੀ ਕਰਾਂਗਾ ਕਿ ਇੱਥੇ ਅੱਛੇ ਲੀਡਰ ਲੈ ਕੇ ਆਓ ਅੱਛੇ ਨੁਮਾਇੰਦੇ ਲੈ ਕੇ ਆਓ ਕਿ ਜਿਹੜੀ ਸਿੱਖ ਕੌਮ ਦਾ ਜਿਹੜੀ ਇਹ ਨੁਮਾਇੰਦਗੀ ਠੀਕ ਹੈ। ਬਲਕਿ ਮੈਂ ਇਸ ਦੇ ਵਿੱਚ ਇੱਕ ਹੋਰ ਵਾਅਦਾ ਕਰਾਂਗਾ ਸਾਰੀ ਕੌਮ ਨੂੰ ਚਾਹੀਦਾ ਹੈ ਕਿ SGPC ਨੂੰ ਵੀ ਉਹ ਬੇਨਤੀ ਕਰਨ ਕਿ SGPC ਵੀ SGPC ਦੀ ਹਮਾਇਤ ਕਰੇ ਕਿਉਂਕਿ ਇਸ ਵੇਲੇ SGPC ਨੂੰ ਵੀ SGPC ਦੀ ਹਮਾਇਤ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਹੈਲੋ 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 ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਮੈਂ ਦਲੀਪ ਸਿੰਘ ਸਿੱਧੂ ਬੋਲ ਰਿਹਾ ਜੀ। ਹਾਂਜੀ ਸਿੱਧੂ ਸਾਹਿਬ, ਕਿੱਥੋਂ ਬੋਲ ਰਹੇ ਹੋ? ਮੈਂ ਲਾਸ ਏਂਜਲਸ ਤੋਂ ਬੋਲ ਰਿਹਾ ਜੀ। ਹਾਂਜੀ ਸਿੱਧੂ ਸਾਹਿਬ, ਹੁਕਮ ਕਰੋ। ਮੈਂ ਸਰਦਾਰ ਸਾਹਿਬ ਜਿਹੜੇ ਬੈਠੇ ਨੇ ਉਹਨਾਂ ਨਾਲ ਗੱਲ ਕਰ, ਮੈਂ ਬੋਲ ਰਿਹਾ ਜੀ। ਤੁਸੀਂ ਆਵਾਜ਼ ਘੱਟ ਕਰੋ ਫਿਰ ਤੁਹਾਡੀ ਗੱਲ ਮੇਰੇ ਤੱਕ ਆ ਜਾਏਗੀ। ਆਪ ਮੇਰੇ ਪਾਸ ਕੋਈ ਆਵਾਜ਼ ਹੈ ਹੀ ਨਹੀਂ, ਪਰ ਟੀਵੀ ਦੀ ਆਵਾਜ਼ ਆ ਰਹੀ ਹੈ। ਹਾਂਜੀ ਚਲੋ ਐਨੀਵੇ ਦੱਸੋ, ਹੁਕਮ ਕਰੋ। ਟੀਵੀ ਦੀ ਆਵਾਜ਼ ਘੱਟ ਕਰੋ, ਟੀਵੀ ਦੀ। ਉਹ ਦੂਸਰਾ, ਅੱਛਾ ਦੂਸਰੇ ਪਾਸੇ ਆ ਰਿਹਾ। ਹਾਂਜੀ ਹਾਂਜੀ, ਮੈਂ ਬੋਲ ਰਿਹਾ ਜੀ। ਗੁਰਚਰਨਜੀਤ ਸਿੰਘ ਲਾਂਬਾ, ਹੁਕਮ ਕਰੋ। ਲਾਂਬਾ ਸਾਹਿਬ, ਤੁਸੀਂ ਪਹਿਲਾਂ ਇਹਨਾਂ ਨਾਲ ਗੱਲ ਕਰ ਲਓ, ਫਿਰ ਬਾਅਦ 'ਚ ਮੈਂ ਕਰ ਲੂੰ। ਮੈਂ ਲੈਣ ਤੇ ਆ। ਨਹੀਂ ਨਹੀਂ, ਤੁਹਾਡੀ ਆਵਾਜ਼ ਹੈ, ਤੁਸੀਂ ਦੱਸਣੀ ਹੈ, ਦੱਸੋ। ਮੈਂ ਤੁਹਾਡੀ ਸੁਣ ਰਿਹਾ। ਲਾਂਬਾ ਸਾਹਿਬ, ਮੈਂ ਬੋਲ ਰਿਹਾ ਜੀ। ਹਾਂਜੀ ਹਾਂਜੀ, ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਮੈਂ ਦਲੀਪ ਸਿੰਘ ਸਿੱਧੂ ਬੋਲ ਰਿਹਾ। ਹਾਂਜੀ ਹਾਂਜੀ, ਲਾਸ ਏਂਜਲਸ ਤੋਂ। ਹਾਂਜੀ ਮੈਂ ਸਮਝ ਗਿਆ ਜੀ, ਅੱਗੇ ਦੱਸੋ। ਹਾਂਜੀ, ਗੱਲ ਇਹ ਹੈ ਕਿ ਤੁਹਾਡੀ ਜਿਹੜੀ ਸੇਵਾ ਬਹੁਤ ਹੀ ਉੱਤਮ, ਬਹੁਤ ਅੱਛੀ ਹੈ ਜੀ। ਵਾਹਿਗੁਰੂ ਕਿਰਪਾ ਕਰੇ, ਤੁਹਾਨੂੰ ਲੰਬੀ ਉਮਰ ਬਖਸ਼ੇ ਜੀ, ਤੇ ਇਸੇ ਤਰ੍ਹਾਂ ਤੁਹਾਡੀ ਸੇਵਾ ਵਾਹਿਗੁਰੂ ਲਈ ਜਾਵੇ। ਚਲੋ, ਬਹੁਤ ਅਸੀਸ ਦੇ ਲਈ ਧੰਨਵਾਦ। ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਕਹੀ ਹੈ ਜੀ, ਉਹ ਇਹ ਹੈਗੀ, ਉਹ ਇਹ ਹੈਗੀ ਕਿ ਜਿਹੜੀ ਤੁਸੀਂ ਇੱਕ ਗੱਲ ਕਹੀ ਹੈ ਕਿ ਸਾਨੂੰ ਇਸ ਵੇਲੇ ਤੇ ਸਾਡੇ ਪੂਰੇ ਵਾਣੇ ਵਿੱਚ ਆ ਕੇ ਉਹਨਾਂ ਕੋਲੋਂ ਵੀ ਖਤਰਾ ਹੈ। ਮੈਂ ਅੱਖਾਂ ਨਾਲ ਵੇਖਿਆ ਕਿ ਦੂਸਰੇ ਜੋ ਸਾਨੂੰ ਨੁਕਸਾਨ ਕਰਨਾ ਚਾਹੁੰਦੇ ਨੇ, ਉਹ ਸਾਡੇ ਬਾਣੇ ਵਿੱਚ ਆਲਰੇਡੀ ਆ ਚੁੱਕੇ ਨੇ ਜੀ ਜੀ। ਉਹ ਵਿੱਚ ਆ ਕੇ ਉਹਨਾਂ ਨੇ ਸਾਡਾ ਨੁਕਸਾਨ ਕਰਨਾ। ਹੁਣ ਪਿਛਲੇ ਦਿਨਾਂ ਚ ਕੀ ਕੁਛ ਹੋ ਰਿਹਾ ਹੈਗਾ ਆਪਾਂ ਵੇਖ ਰਹੇ ਹਾਂ, ਠੀਕ ਹੈ। ਇਸੇ ਕਰਕੇ ਸੋਹਣੀ ਗੱਲ ਹੈ, ਤੁਸੀਂ ਕੌਮ ਨੂੰ ਇਹਦੇ ਬਾਰੇ ਚੁਕੰਨਾ ਕਰਦੇ ਰਹੋ ਜੀ, ਤੇ ਵਾਹਿਗੁਰੂ ਕਿਰਪਾ ਕਰੇ ਤੁਸੀਂ ਇਸ ਤਰ੍ਹਾਂ ਡਟੇ ਰਹੋ, ਠੀਕ ਹੈ। ਤੁਸੀਂ ਇਸ ਤਰ੍ਹਾਂ ਦੇ ਡਟੋਗੇ, ਯਕੀਨ ਕਰੋ ਵਿੱਚ ਕੰਡਮ ਕਰਨ ਵਾਲੇ ਬੰਦੇ ਆਉਣਗੇ, ਉਹਨਾਂ ਨੂੰ ਆਉਣ ਦਿਓ, ਇਹਦੇ ਵਿੱਚ ਹੁੰਦੇ ਨੇ ਜੀ, ਪਰ ਕੌਮ ਤੁਹਾਡੇ ਨਾਲ ਹੋਵੇਗੀ। ਚਲੋ ਗੱਲ ਇਹ ਹੈ, ਤੁਹਾਡੇ ਨਾਲ ਹੋਵੇਗੀ, ਪਿਛਲੀ ਹਿਸਟਰੀ ਵੇਖੋ, ਠੀਕ ਹੈ ਜੀ, ਉੱਥੇ ਅਸੀਂ ਇਹ ਚੀਜ਼ ਦੇਖਣੀ ਹੈ, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ। ਇਸੇ ਕਰਕੇ ਕਿਹਾ ਜਾਂਦਾ ਹੈ, ਹੇ ਵਾਹਿਗੁਰੂ ਮੈਨੂੰ ਆਪਣਿਆਂ ਕੋਲੋਂ ਬਚਾਉਣ ਲਈ ਦੁਸ਼ਮਣਾਂ ਕੋਲੋਂ ਬਚਣ ਦੀ ਤਾਕਤ ਮੇਰੇ 'ਚ ਹੈ। ਬਹੁਤ ਬਹੁਤ ਧੰਨਵਾਦ। ਹੈਲੋ, ਹੈਲੋ ਜੀ, ਹਾਂਜੀ ਕੌਣ ਬੋਲ ਰਹੇ ਜੀ? ਮੈਂ ਦਰਸ਼ਨ ਸਿੰਘ ਬੋਲਿਆ ਜੀ। ਕਿੱਥੋਂ ਵੀਰ ਜੀ? ਫਿਲਮ ਤੋਂ ਜੀ। ਹਾਂਜੀ ਹੁਕਮ ਕਰੋ। ਅਸੀਂ ਗੱਲਬਾਤ ਕਰਨਾ ਚਾਹੁੰਦੇ ਸੀ। ਮੈਂ ਬੋਲ ਰਿਹਾ ਜੀ ਲਾਂਬਾ, ਗੁਰਚਰਨਜੀਤ ਸਿੰਘ, ਹੁਕਮ ਕਰੋ। ਗੁਰਚਰਨ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਜੀ ਫਤਿਹ। ਤੁਹਾਡੇ ਵਿਚਾਰ ਸੁਣ ਰਹੇ ਹਾਂ ਤੇ ਬਹੁਤ ਖੁਸ਼ੀ ਹੋਈ ਤੁਹਾਡੇ ਵਿਚਾਰ ਸੁਣ ਕੇ ਸਾਨੂੰ ਜੀ। ਬਾਕੀ ਜਿਹੜਾ ਤੁਸੀਂ ਖਰੜੇ ਬਾਰੇ ਜ਼ਿਕਰ ਕੀਤਾ ਹੈ, ਬਹੁਤ ਚੰਗੀ ਗੱਲ ਹੈਗੀ ਆ।
ਇਹ ਥੋੜਾ ਵਾ ਖਰੜੇ ਜਿਹੜੇ ਨੇ ਸਾਨੂੰ ਗੁਰੂ ਘਰਾਂ ਅੰਦਰ ਮਤਲਬ ਪਹੁੰਚਾਉਣੇ ਚਾਹੀਦੇ ਆ ਕਿ ਆਮ ਸਿੱਖ ਉਸ ਨੂੰ ਪੜ੍ਹ ਸਕੇ। ਚਲੋ ਤੁਸੀਂ ਪਹਿਲਾਂ ਮੰਗਾਓ ਤੇ ਸਾਰੀ ਜਗ੍ਹਾ ਵੰਡੋ, ਆਪਣੇ ਗੁਰੂ ਘਰ ਵਿੱਚ ਵੰਡੋ, ਪਹਿਲਾ ਕੰਮ ਇਹ ਸੇਵਾ ਤੁਸੀਂ ਸ਼ੁਰੂ ਕਰੋ। ਹਾਂਜੀ, ਮੈਂ ਇਹ ਚਾਹੁੰਦਾ ਵੀ ਮਤਲਬ ਕਿ ਖਰੜੇ ਜਿਹੜੇ ਗੁਰੂ ਘਰ ਵੰਡੇ ਜਾਣ, ਬਾਕੀ ਆਮ ਜਾਗ੍ਰਿਤੀ ਆਵੇ ਥੋੜੀ ਜਿਹੀ। ਦੂਸਰੀ ਗੱਲ ਇਹ ਵੀ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਮਤਲਬ ਕਿਸੇ ਕੰਮ ਰਤਾਰੀ ਹੈ ਜਾਂ ਦੂਜਾ ਹੈਗਾ ਵੀ ਦੂਸਰੇ ਨੂੰ ਕੋਈ ਐਲਾਨ ਨੀ, ਜਿਵੇਂ ਹੁਣ ਸਿੰਘ ਕਹਿ ਰਹੇ ਸੀ ਵੀ ਕਸ਼ਹਿਰੇ ਵਾਲੇ ਵੀ ਨਹੀਂ ਹੋ ਪਾਇਆ ਉਹਨਾਂ ਨੇ ਜੀ। ਅਸੀਂ ਗੱਲ ਨਹੀਂ, ਸਿੱਖ ਦੇ ਵਿਚਾਰ ਉੱਚੇ ਹੋਣੇ ਚਾਹੀਦੇ ਆ, ਅੰਮ੍ਰਿਤਾਜ ਹੋਣਾ ਬਹੁਤ ਜ਼ਰੂਰੀ ਆ, ਲੇਕਿਨ ਸਿੱਖ ਦੇ ਵਿਚਾਰ ਉੱਚੇ ਹੋਣੇ ਚਾਹੀਦੇ ਆ। ਸਭ ਤੋਂ ਵੱਡੀ ਗੱਲ ਹੈ ਸਾਡਾ ਕੇਂਦਰੀ ਤੁਰਾ ਹੋਣਾ ਚਾਹੀਦਾ ਹੈ, ਬਲਕਿ ਐਸਾ ਨਾ ਹੋਏ ਜਿਵੇਂ ਪਿੱਛੇ ਜੇ ਇੱਥੇ ਅਮਰੀਕਾ ਦੇ ਵਿੱਚ ਵੀ ਹੋਇਆ, ਕਿਸੇ ਸੀਨੀਅਰ ਆਗੂ ਨੇ ਜਾ ਕੇ ਕਿਸੇ ਅਦਾਲਤ ਵਿੱਚ ਬਿਆਨ ਦੇ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਬਾਹਰਲੇ ਸਿੱਖਾਂ ਤੇ ਲਾਗੂ ਨਹੀਂ ਹੈ। ਇਹ ਬਹੁਤ ਵੱਡੀ ਪੰਥ ਧਰੋਈ ਦੀ ਗੱਲ ਹੈ ਜਿਹੜੀ ਸਾਨੂੰ ਸਾਰਿਆਂ ਤੋਂ ਬਚਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ, ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ੍ਰੀ ਅਕਾਲ, ਹਾਂਜੀ, ਬੋਲ ਰਿਹਾ ਜੀ, ਮੈਂ ਲਾਂਬਾ ਹੀ ਬੋਲ ਰਿਹਾ, ਹੁਕਮ ਕਰੋ, ਕੌਣ ਬੋਲ ਰਹੇ? ਹੈਲੋ, ਟੀਵੀ ਦੀ ਆਵਾਜ਼ ਘੱਟ ਕਰੋਗੇ ਤੁਹਾਡੀ ਆਵਾਜ਼ ਆ ਜਾਏਗੀ, ਟੀਵੀ ਦੀ ਆਵਾਜ਼ ਘੱਟ ਕਰੋ, ਟੀਵੀ ਦੀ ਆਵਾਜ਼ ਘੱਟ ਕਰ ਲਓ, ਤੁਹਾਡੀ ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ। ਤੁਸੀਂ ਬਾਕੀ ਵੀ ਜਿਹੜੇ ਦਰਸ਼ਕ ਹਨ ਉਹ ਫੋਨ ਕਰਨ ਤੋਂ ਪਹਿਲੇ ਆਪਣੇ ਟੀਵੀ ਦੀ ਆਵਾਜ਼ ਜ਼ਰੂਰ ਘੱਟ ਕਰ ਦੇਣ ਜਾਂ ਬੰਦ ਕਰ ਦੇਣ, ਟੈਲੀਫੋਨ ਤੇ ਗੱਲ ਕਰੋ ਤਾਂ ਤੁਹਾਡੀ ਗੱਲ ਆਏਗੀ, ਹੁਕਮ ਕਰੋ ਤੁਸੀਂ। ਹਾਂਜੀ, ਬੋਲੋ ਜੀ, ਹੁਕਮ ਕਰੋ। ਹੈਲੋ, ਦਰਸ਼ਨ ਸਿੰਘ ਜੀ, ਦੱਸੋ। ਕਿਹੜਾ ਜੀ? ਨਹੀਂ, ਤੁਹਾਡੀ ਗੱਲ ਸਮਝ ਨਹੀਂ ਆਈ ਜੀ, ਕੀ ਹੁਕਮ ਕਰਨਾ ਚਾਹੀਦਾ, ਕੀ ਦੱਸਣਾ ਚਾਹੁੰਦੇ ਹੋ? ਹੈਲੋ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਜੀ? ਮੇਰਾ ਨਾਮ ਪ੍ਰਭਜੋਤ ਸਿੰਘ ਜੀ, ਕੈਲੀਫੋਰਨੀਆ ਤੋਂ ਬੋਲਦੇ ਹਾਂ, ਰਜਾਬ ਵਾਲਾ। ਹਾਂਜੀ ਵੀਰ ਜੀ, ਹੁਕਮ ਕਰੋ। ਬੇਨਤੀ ਇਸ ਤਰ੍ਹਾਂ ਜੀ, ਮੈਂ ਹੈਰਾਨ ਆ ਹਰਮਿੰਦਰ ਰਿਆੜ ਤੇ ਲਾਂਬਾ ਸਾਹਿਬ ਦੇ ਤੱਕ ਚੱਲਦੀਆਂ ਫਿਰਦੀਆਂ ਲੱਗਦੀਆਂ ਇਤਿਹਾਸ ਦੀਆਂ ਜੀ, ਇੰਨੀ ਨੌਲੇਜ ਬਾਰੇ ਬਾਰੇ ਜਾਣੇ ਜੀ ਤੁਹਾਡੀ ਇਸ ਨੌਲੇਜ ਦੇ ਉੱਪਰ। ਚਲੋ ਗੁਰੂ, ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪ ਜੀ ਨੂੰ, ਇਹ ਜਿਹੜੇ ਮਸਲਾ ਉੱਠਿਆ ਪੰਜਾਬ ਦੇ ਅੱਜ ਕੱਲ੍ਹ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਖਰਾ ਜੀ ਜੀ ਹੋਰ ਜੀ, ਮੇਰੇ ਖਿਆਲ ਦੇ ਮੁਤਾਬਕ ਵੀਰ ਜੀ, ਇਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣ ਤੋਂ ਕੋਈ ਨਹੀਂ ਰੱਖ ਸਕਦਾ ਜੀ, ਜੀ ਕਿਉਂਕਿ ਲੋਕਾਂ ਨੂੰ ਸ਼ੱਕ ਹੋ ਗਿਆ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਨਾ ਜੀ, ਉਹ ਅਕਾਲੀ ਦਲ ਦਾ ਇੱਕ ਵਿੰਗ ਬਣਿਆ ਆ ਜੀ, ਤੇ ਜਿੰਨੇ ਪੈਸੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੁੰਦੇ ਚੜਾਵੇ ਤੋਂ ਜੀ ਜੀ, ਉਹ ਅਕਾਲੀ ਦਲ ਦੀ ਕੰਪੇਨ ਤੇ ਖਰਚੇ ਜਾਂਦੇ ਆ ਜੀ ਜੀ ਜੀ, ਤੇ ਇਸ ਕਰਕੇ ਹਰਿਆਣੇ ਵਾਲੇ ਇਹ ਚਾਹੁੰਦੇ ਆ ਵੀ ਹਰਿਆਣੇ ਦਾ ਪੈਸਾ ਉਹਨਾਂ ਹਰਿਆਣੇ ਦੇ ਵਿੱਚ ਹੀ ਯੂਜ਼ ਹੋਵੇ, ਜੇ ਪੰਜਾਬ ਵਿੱਚ ਜਾ ਕੇ ਅਕਾਲੀ ਦਲ ਪੰਜਾਬ ਵਿੱਚ ਯੂਜ਼ ਕਰ ਸਕਦਾ ਹਾਂਜੀ, ਤੇ ਕਿਉਂ ਨਾ ਇੱਥੇ ਹੋਵੇ? ਇਹ ਇਸ ਤਰ੍ਹਾਂ ਜੀ, ਇਹਦੇ ਬਾਰੇ ਮੈਂ ਆਪ ਜੀ ਨੂੰ ਸਪਸ਼ਟ ਕਰਦੇ ਹਾਂ ਕਿ ਦਸਤਾਵੇਜ਼ ਜਿਹੜੇ ਹੈ ਉਹ ਸਾਰੇ ਚੈੱਕ ਕੀਤੇ ਗਏ ਹੈ, ਹਰਿਆਣੇ ਦਾ ਬਜਟ ਜਿੰਨਾ ਉੱਥੋਂ ਇਕੱਠਾ ਹੁੰਦਾ ਉਸ ਤੋਂ ਵੱਧ ਸ਼੍ਰੋਮਣੀ ਕਮੇਟੀ ਖਰਚਦੀ ਹੈ, ਬਾਕੀ ਜਿਹੜੇ ਇਲਜ਼ਾਮ ਹਨ ਸ਼੍ਰੋਮਣੀ ਕਮੇਟੀ ਦੇ ਉੱਤੇ ਜਾਂ ਪੰਥਕ ਆਗੂਆਂ ਦੇ ਉੱਤੇ ਉਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਪਰ ਉਸਦਾ ਇਹ ਹੱਲ ਨਹੀਂ ਹੈ ਕਿ ਅਸੀਂ ਉਸ ਢਾਂਚੇ ਨੂੰ, ਉਸ ਪੰਥਕ ਇੰਸਟੀਟਿਊਸ਼ਨ ਨੂੰ ਜਾਂ ਪੰਥਕ ਐਸਪੀਰੇਸ਼ਨਸ ਨੂੰ ਖਤਮ ਕਰ ਦਈਏ, ਅਸੀਂ ਉਸ ਬਿਮਾਰੀ ਨੂੰ ਖਤਮ ਕਰਨਾ ਹੈ ਜਾਂ ਉਸ 'ਤੇ ਗਲਤ ਜਿਹੜੇ ਅਨਸਰ ਹਨ ਉਹਨਾਂ ਦੇ ਉੱਤੇ ਤਾਂ ਐਕਸ਼ਨ ਲਈਏ, ਪਰ ਅਸੀਂ ਕਿਸੇ ਜਿਹੜਾ ਪੰਥਕ ਜਮਾਤ ਹੈ ਉਸਦੇ ਉੱਤੇ ਕੁਠਾਰਾ ਕਾਤ ਕਰਨਾ ਇਹ ਬਹੁਤ ਵੱਡੀ ਪੰਥ ਦੇ ਉੱਤੇ
ਆਘਾਤ ਹੋਏਗਾ। ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਬੱਬੂ ਸਿੰਘ ਦਿਆਨਾ ਤੋਂ ਬੋਲ ਰਿਹਾ। ਹਾਂਜੀ ਹਾਂਜੀ, ਬਚਨ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੰਬਰ ਸਾਹਿਬ, ਤੁਹਾਡੀ ਬਹੁਤ ਵਧੀਆ ਲੰਮੀ ਲੰਮੀ ਉਮਰ ਹੋਵੇ ਤੇ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਪਏ। ਚਲੋ, ਦਾਤਾ ਮਿਹਰ ਕਰੇ, ਲੰਬੀ ਉਮਰ ਹੀ ਨਹੀਂ ਨਾਲ ਕੁਛ ਹੋਰ ਵੀ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਕੋਈ ਇਹਦੇ ਬਾਰੇ ਸੁਨੇਹਾ ਤੇ ਦਿਓ। ਥੈਂਕ ਯੂ ਭਾਈ, ਥੈਂਕ ਯੂ, ਸ਼ੁਕਰੀਆ। ਹੈਲੋ ਹੈਲੋ ਹੈਲੋ, ਲੰਬਾ ਸਾਹਿਬ ਜੀ, ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਲੰਬਾ ਸਾਹਿਬ, ਬੇਨਤੀ ਹੈ ਤੁਸੀਂ ਸਾਰਾ ਇਤਿਹਾਸ ਦੱਸਿਆ ਹੈ। ਕੌਣ ਬੋਲ ਰਹੇ? ਪਹਿਲਾਂ ਆਪਣਾ ਨਾਮ ਦੱਸੋਗੇ? ਮੈਂ ਰਵਿੰਦਰ ਸਿੰਘ ਬੋਲਿਆ ਜੀ, ਲੌਂਗ ਆਈਲੈਂਡ ਤੋਂ। ਹਾਂਜੀ ਹਾਂਜੀ। ਤੇ ਜਿਹੜੀ ਲਾਸਟ ਰਿਪੋਰਟ ਹੈ ਟਵਾਣਾ ਜੀ ਦੀ, ਉਹਦੇ ਤੇ ਕੀ ਅਮਲ ਕੋਈ ਹੋਇਆ ਕਿ ਉਹ ਵੀ ਉਸ ਤਰ੍ਹਾਂ ਹੀ? ਸਭ ਉਸੇ ਤਰ੍ਹਾਂ ਹੀ ਹੈ ਜੀ, ਸਭ ਉੱਥੇ ਹੀ ਖੂਹ ਖਾਤੇ ਪਈਆਂ ਜਿਹੜੀਆਂ ਬਾਕੀ ਦੀਆਂ ਹੈਗੀਆਂ। ਸੋ ਮਤਲਬ ਇਹ ਨਿਕਲਦਾ ਹੈ ਸਾਰੇ ਸਾਰੇ ਦੇਖ ਕੇ ਕਿ ਜਿਹੜੀ ਤੇ ਕੌਮ ਦੇ ਹੱਕ ਵਿੱਚ ਹੈ ਉਹ ਦੇਣੀ ਨਹੀਂ, ਤੇ ਜੇ ਦੇਣੀ ਹੈ ਤੇ ਫਿਰ ਐਸੇ ਢੰਗ ਨਾਲ ਦੇਣੀ ਹੈ ਜਿਹੜਾ ਹੋਰ ਜ਼ਿਆਦਾ ਨੁਕਸਾਨ ਕਰੇ, ਤਾਂ ਕਿ ਉਹ ਫਿਰ ਜਿਹੜੀਆਂ ਯਾਦ ਰੱਖਣ ਕਿ ਅਸੀਂ ਕੋਈ ਚੀਜ਼ ਮੰਗੀ ਸੀ। ਸੋ ਇਹ ਜੀ ਟਿਵਾਣਾ ਸਾਹਿਬ ਦੀ ਰਿਪੋਰਟ ਬਿਲਕੁਲ ਦਰੁਸਤ ਹੈ, ਸ਼੍ਰੋਮਣੀ ਕਮੇਟੀ ਦੇ ਕੋਲ ਹੈ, ਔਰ ਸ਼੍ਰੋਮਣੀ ਕਮੇਟੀ ਨੇ ਸ਼ਾਇਦ, ਕਿਉਂਕਿ ਜਨਰਲ ਹਾਊਸ ਨੇ ਪ੍ਰਵਾਨ ਕਰ ਦਿੱਤੀ ਸੀ, ਪਰ ਲੱਗਦਾ ਹੈ ਭਾਰਤ ਸਰਕਾਰ ਨੂੰ ਭੇਜ ਦਿੱਤੀ ਹੈ। ਪਰ ਇਹਦੇ ਬਾਰੇ ਜ਼ਿਆਦਾ ਚੰਗਾ ਹੋਏਗਾ ਜੇ ਸ਼੍ਰੋਮਣੀ ਕਮੇਟੀ ਜ਼ਰੂਰ ਕਲੈਰੀਫਿਕੇਸ਼ਨ ਦੇਵੇ, ਔਰ ਚੋਕਿ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੇ ਆਦੇਸ਼ ਦਿੱਤਾ ਔਰ ਇੱਥੇ ਆਏ ਵੀ ਹੋਏ ਹੈ, ਤੇ ਉਹ ਇਸ ਦੇ ਬਾਰੇ ਦੱਸ ਵੀ ਸਕਦੇ ਹੈ, ਪੁੱਛ ਵੀ ਸਕਦੇ ਹੈ ਕਿ ਭਾਈ ਉਹ ਜਿਹੜੀ ਤੁਹਾਡੀ ਰਿਪੋਰਟ ਤਿਆਰ ਕੀਤੀ ਉਹਦੇ ਬਾਰੇ ਹੀ ਦੱਸ ਦਿਓ ਤੁਸੀਂ ਕੀ ਕਰ ਰਹੇ ਹੈਗੇ ਹੋ। ਬਿਲਕੁਲ ਕਰ ਸਕਦੇ ਹੋ ਤੁਸੀਂ, ਜਸ ਪੰਜਾਬੀ ਨੂੰ info@jaspunjabi ਜਾਂ lamba@jaspunjabi.com ਨੂੰ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਆਪ ਨੂੰ ਰਿਪੋਰਟ ਜਿਹੜੀ ਹੈ ਦੇ ਦਿੱਤੀ ਜਾਏ। ਬਹੁਤ ਬਹੁਤ ਧੰਨਵਾਦ ਲੰਬਾ ਜੀ, ਆਪ ਜੋ ਦੱਸਿਆ ਹੈ ਆਮ ਸਿੱਖਾਂ ਨੂੰ ਬਿਲਕੁਲ ਨਹੀਂ ਜੇ ਪਤਾ, ਔਰ ਸਾਰੇ ਭੁਲੇਖੇ ਚ ਔਰ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਬੈਠੇ ਬਿੱਲੀ ਸਾਹਮਣੇ ਖੜੀ ਜੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬੰਮਰਾ ਸਾਹਿਬ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ, ਵੀ ਬਹੁਤ ਧੰਨਵਾਦ ਜਿਹੜਾ ਮਸਲਾ ਲਿਆ ਕੇ ਸਾਰੇ ਸਿੱਖਾਂ ਨੂੰ ਇਸ ਬਾਰੇ ਜਾਣੂ ਕਰਾਉਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਫੋਨ ਕਰਨ ਲਈ ਉਚੇਚਾ ਧੰਨਵਾਦ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਮੈਂ ਭਾਜੀ ਹਰਪ੍ਰੀਤ ਸਿੰਘ ਬੋਲ ਰਿਹਾ ਸੀਗਾ, ਕੈਲੀਫੋਰਨੀਆ ਸੈਕਰਾਮੈਂਟੋ ਤੋਂ। ਹਾਂਜੀ ਹਾਂਜੀ ਹਰਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਇੱਕ ਨਾ ਪ੍ਰੋਗਰਾਮ ਦੇ ਉੱਤੇ ਨਾ ਤੁਸੀਂ ਇਹ ਲਿਖ ਕੇ ਲਾਓ ਵੀ ਟੀਵੀ ਦੀ ਆਵਾਜ਼ ਬੰਦ ਕਰ ਦਿਓ, ਮਿਊਟ ਤੇ ਕਰ ਦਿਓ, ਕਿਉਂਕਿ ਜਿਹੜੇ ਹੌਲੀ ਕਹਿੰਦੇ ਨਾ ਉਹ ਸਭ। ਅੱਛਾ, ਠੀਕ ਹੈ ਜੀ, ਠੀਕ ਹੈ ਜੀ, ਮਤਲਬ ਤੁਹਾਡਾ ਮਤਲਬ ਬੋਲਤੀ ਬੰਦ ਹੋ ਜਾਏ, ਬੰਦ ਕਰ ਦਿਓ, ਆਪਣੇ ਪੰਜਾਬੀ ਆ ਇਹ, ਤੁਹਾਨੂੰ ਪਤਾ ਇੰਦਰਜੀਤ ਸਿੰਘ ਜੀ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਦੇਖੋ ਜਿਹੜਾ ਹੁਣ ਸ਼੍ਰੋਮਣੀ ਲਫ਼ਜ਼ ਹੈ ਨਾ, ਹਾਂਜੀ, ਤੇ ਬਾਦਲ ਪਰਿਵਾਰ ਤੇ ਰਿਵਾਲ ਹੀ ਰਹਿ ਗਿਆ, ਬਾਕੀ ਸ਼੍ਰੋਮਣੀ ਤਾਂ ਮੇਰੇ ਖਿਆਲ ਨਾਲ ਹਟਾ ਹੀ ਦੇਣਾ ਚਾਹੀਦਾ। ਗੱਲ ਇਹ ਹੈਗਾ ਕਿ ਆਪਾਂ ਆਪਾਂ ਘੁੰਮ ਫਿਰ ਕੇ ਨਾ ਉਹ ਫਿਰ ਸਾਰੇ ਦਾ ਸਾਰਾ ਉੱਥੇ ਹੀ ਚਲਾ ਜਾਂਦਾ ਹੈ, ਤੇ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਗਿਆਨੀ ਮਾਨ ਸਿੰਘ ਝੌਰ ਨੂੰ, ਉਹਨਾਂ ਨੇ ਕਿਹਾ, ਕਹਿੰਦਾ ਦਸਮ ਪਾਤਸ਼ਾਹ ਕਹਿੰਦੇ ਆ ਜਦੋਂ ਮੈਂ ਪਹਿਲੇ ਦੈਂਤ ਬਣਾਏ ਉਹ ਗਲਤ ਹੋ ਗਏ, ਦੇਵਤੇ ਬਣਾਏ ਉਹ ਗਲਤ ਹੋ ਗਏ, ਫਲਾਣੇ ਗਲਤ ਹੋ ਗਏ।
ਸੋ ਗਿਆਨੀ ਮਾਨ ਸਿੰਘ ਚੌਰ ਕਹਿੰਦੇ ਸੀ ਜੇ ਰੱਬ ਦੀ ਬਣਾਈ ਚੁਣੀ ਹੋਈ ਚੀਜ਼ ਗਲਤ ਹੋ ਸਕਦੀ, ਅਸੀਂ ਤੁਸੀਂ ਕੀ ਚੀਜ਼ ਹੈਗੇ ਹਾਂ। ਸੋ ਇਸ ਕਰਕੇ ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ, ਪਰ ਕੋਈ ਵੀ ਸਦੀਵੀ ਨਹੀਂ ਹੈ, ਕੋਈ ਵੀ ਚੀਜ਼ ਜਿਹੜੀ ਹੈ ਆਪਾਂ ਉਸ ਮਸਲੇ ਨੂੰ ਸੁਧਾਰੀਏ ਔਰ ਉਸ ਮਸਲੇ ਨੂੰ ਲੈ ਕੇ ਜਾਈਏ। ਕੋਈ ਐਸੀ ਗੱਲ ਨਹੀਂ ਹੈ ਕਿ ਉਹ ਸਹੀ ਗੱਲ ਨੂੰ ਨਾ ਸੁਣਨ ਅਤੇ ਸਹੀ ਗੱਲ ਨੂੰ ਅੱਗੇ ਨਾ ਭੇਜਣ। ਤੁਸੀਂ ਜਿਹੜੀਆਂ ਪੰਥਕ ਸੰਸਥਾਵਾਂ ਹਨ ਉਹਨਾਂ ਨੂੰ ਆਪਣੇ ਜ਼ਰੂਰ ਵਿਚਾਰ ਭੇਜੋ, ਆਪਣੀ ਆਵਾਜ਼ ਭੇਜੋ। ਜਿਹੜੀ ਆਵਾਜ਼ ਏ ਖਲਕ ਨਕਾਰਾ ਏ ਖੁਦਾ, ਜਿਹੜੀ ਜਨਤਾ ਦੀ ਆਵਾਜ਼ ਹੈ ਉਹ ਰੱਬ ਦੀ ਆਵਾਜ਼ ਹੁੰਦੀ ਹੈ। ਜੀ ਜੀ ਗਿਆਨੀ ਜੋਗਿੰਦਰ ਸਿੰਘ ਜੀ ਬਦਾਂਤੀ ਨੇ ਇੱਕ ਸੱਚ ਬੋਲਿਆ। ਹਾਂਜੀ, ਉਹ ਸੱਚ ਇਹ ਸੀ ਉਹਨਾਂ ਨੇ ਕਿਹਾ ਕਿ ਡਾਕਟਰ ਮਨਮੋਹਨ ਸਿੰਘ ਜੀ ਇੱਕ ਬਹੁਤ ਨੇਕ ਇਨਸਾਨ ਨੇ। ਜੀ ਉਹ ਸੱਚ ਬੋਲਣ ਦਾ ਉਹਨੂੰ ਕੀ ਭੁਗਤਣਾ ਪਿਆ ਤੁਹਾਨੂੰ ਪਤਾ ਹੀ ਹੈ ਨਾ। ਪਰ ਉਹ ਤੇ ਉਸ ਤੋਂ ਉਹਦੇ ਤੋਂ ਹਟਣ ਤੋਂ ਬਾਅਦ ਦੀ ਗੱਲ ਹੈ ਜੀ, ਉਸ ਵੇਲੇ ਤੱਕ ਇਹ ਬਿਆਨ ਨਹੀਂ ਸੀ, ਇਹ ਬਾਅਦ ਦੀ ਗੱਲ ਹੈਗੀ। ਬਿਆਨ ਤੋਂ ਪਹਿਲੇ ਬਿਆਨ ਪਹਿਲੇ ਦੱਸ ਗਿਆ। ਚਲੋ ਚਲੋ, ਤੇ ਹੋਰ ਇਸ ਐਕਟ ਦੇ ਬਾਰੇ ਕੋਈ ਤੁਹਾਡਾ ਵਿਚਾਰ ਹੈ ਤੇ ਉਹ ਦੱਸੋ, ਤੇ ਹੁਣ ਅਖੀਰਲੀ ਕਾਲ ਅਗਰ ਇਜਾਜ਼ਤ ਹੋਏ ਤੇ ਅਸੀਂ ਲੈ ਲਈਏ। ਹਾਂਜੀ ਹਾਂਜੀ, ਥੈਂਕ ਯੂ। ਸਵਾਲ ਇਹ ਹੈ ਕਿ ਉੱਥੇ ਅਸਰ ਹੈ ਹੀ ਨਹੀਂ ਕਿਸੇ ਤੇ। ਚਲੋ ਠੀਕ ਹੈ ਜੀ, ਓਕੇ, ਥੈਂਕ ਯੂ, ਵਾਹਿਗੁਰੂ। ਮੈਂ ਦੂਸਰੀ ਕਾਲ ਲੈਣ ਲਾ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਾਂਜੀ ਗੁਰਮੀਤ ਸਿੰਘ ਜੀ। ਹਾਂਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨ ਲਈ ਫੋਨ ਕਰਿਆ ਸੀ ਮੈਂ। ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਦੇ ਰਹੇ ਹੋ ਜਿਸ ਨਾਲ ਕੌਮ 'ਚ ਬਹੁਤ ਦ੍ਰਿੜਤਾ ਹੁੰਦੀ ਹੈ ਤੇ ਹੋਰ ਅਸੀਂ ਦ੍ਰਿੜ ਹੁੰਦੇ ਹਾਂ ਤੇ ਜੀ ਤੁਸੀਂ ਪ੍ਰੋਗਰਾਮ ਕਰਦੇ ਰਹੋ। ਬਹੁਤ ਬਹੁਤ ਧੰਨਵਾਦ। ਸੋ ਅਖੀਰਲੀ ਕਾਲ ਅਸੀਂ ਲੈਂਦੇ ਹਾਂ, ਇਹਦੇ ਬਾਅਦ ਆਪ ਤੋਂ ਇਜਾਜ਼ਤ ਲਵਾਂਗੇ, ਸਮਾਂ ਇਜਾਜ਼ਤ ਹੀ ਦਿੰਦਾ। ਹੈਲੋ, ਸੋ ਹੈਲੋ ਹੈਲੋ ਲਾਂਬਾ ਜੀ। ਹਾਂਜੀ, ਕੌਣ ਬੋਲ ਰਹੇ ਜੀ? ਮੈਂ ਜਰਨੈਲ ਸਿੰਘ ਬੋਲਦਾ ਜੀ। ਕਿੱਥੋਂ ਵੀਰ ਜੀ? ਮੈਂ ਬਫਲੋ ਤੋਂ ਬੋਲਦਾ ਜੀ। ਹਾਂਜੀ, ਹੁਕਮ ਕਰੋ ਜੀ। ਮਹਾਰਾਜ, ਆ ਪਿੱਛੇ ਜੇ ਬੜਾ ਵਾਦ ਵਿਵਾਦ ਫੈਲਿਆ ਸੀਗਾ ਪੱਤਤ ਸਿੰਘਾਂ ਦਾ। ਜੀ ਹਾਂਜੀ, ਉਹ ਜਿਹੜੇ ਪੱਤਤ ਸਿੰਘ ਸੀਗੇ, ਹਾਂਜੀ, ਇਜਾਜ਼ਤ ਨਹੀਂ ਦੇ ਰਿਹਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਆਪਨੇ ਇਸ ਗੰਭੀਰ ਮਸਲੇ ਨੂੰ ਸੁਣਿਆ ਹੈ, ਔਰ ਸਾਡੀ ਬੇਨਤੀ ਹੈ ਕਿ ਇਸ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਆਪਣੇ ਆਪ ਨੂੰ ਚੇਤੰਨ ਰੱਖਣਾ, ਚੌਕੰਨਾ ਰੱਖਣਾ, ਅਲਰਟ ਰਹਿਣਾ, ਔਰ ਆਪਣੀ ਆਵਾਜ਼ ਨੂੰ ਪੰਥਕ ਸੰਸਥਾਵਾਂ ਤੱਕ ਪਹੁੰਚਾਉਣੀ ਹੈ। ਸਾਡੇ ਵਿਰੋਧ, ਸਾਡੇ ਮਤਭੇਦ ਉਹ ਆਪਸ ਵਿੱਚ ਤੈਅ ਹੋਣ, ਪਰ ਉਸ ਐਸਾ ਨਾ ਹੋਏ ਕਿ ਅਸੀਂ ਉਸਨੂੰ ਪੰਥਕ ਤੌਰ ਦੇ ਉੱਤੇ ਆਉਣ ਵਾਲੀਆਂ ਜਨਰੇਸ਼ਨਸ ਦਾ ਨੁਕਸਾਨ ਕਰੀਏ। ਜਿਹੜੇ ਪੰਥ ਨੂੰ ਇੱਕ ਕਰਨ ਦੀ, ਇੱਕ ਪੰਥ ਦਾ ਇੱਕ ਤੁਰਾ ਬਣਾਉਣ ਦੀ, ਪੰਥ ਨੂੰ ਇੱਕ ਨਾਲ ਜੋੜਨ ਦੀ ਜਿਹੜੀ ਗੱਲ ਆਲ ਇੰਡੀਆ ਗੁਰਦੁਆਰਾ ਐਕਟ ਨੇ ਕੀਤੀ ਸੀ, ਜਿਹੜੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਪਟਨਾ ਸਾਹਿਬ ਦੀ ਕਮੇਟੀ, ਹਜ਼ੂਰ ਸਾਹਿਬ ਦੀ ਕਮੇਟੀ, ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਹਰਬੰਸ ਸਿੰਘ ਕਮੇਟੀ ਨੂੰ ਪ੍ਰਵਾਨਗੀ ਦੇ ਕੇ ਜਿਹੜਾ ਇੱਕ ਪੰਥਕ ਦਸਤਾਵੇਜ਼ ਬਣਾਇਆ ਸੀ, ਅਗਰ ਅੱਜ ਉਸ ਦੇ ਵਿੱਚ ਵਿਘਨ ਪਾਇਆ ਜਾਂਦਾ ਹੈ ਤਾਂ ਇਹ ਪੰਥ ਲਈ ਘਾਤਕ ਹੋਏਗਾ, ਔਰ ਇਹ ਇੱਕ ਬਹੁਤ ਵੱਡਾ ਨੁਕਸਾਨ ਹੋਏਗਾ ਪੰਥ ਦਾ, ਔਰ ਇਹ ਇਸ ਤੋਂ ਵੱਡੀ ਕੋਈ ਪੰਥ ਧਰੋਈ ਨਹੀਂ ਕਹੀ ਜਾ ਸਕੇਗੀ। ਸੋ ਇਹ ਪ੍ਰੋਗਰਾਮ ਤੁਹਾਨੂੰ ਕੈਸਾ ਲੱਗਾ? ਆਪ ਆਪਣੇ ਵਿਚਾਰ info@justpunjabi.com ਜਾਂ lamba@justpunjabi.com ਤੇ ਲਿਖ ਜ਼ਰੂਰ ਸਾਨੂੰ ਲਿਖ ਕੇ ਭੇਜੋ, ਔਰ ਜਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਅਗਲੇ ਹਫ਼ਤੇ ਇਸੇ ਦਿਨ ਇਸੇ ਸਮੇਂ 8:30 to 9:30 ਈਸਟਰਨ ਟਾਈਮ 'ਤੇ ਫਿਰ ਆਪਦੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।